ਸਾਸੀ ਕਾਲ ਕਿਸਾਨ ਪਰਨ ਉਤੇ ਭਰਾਓ ਗਗਨਦੀਪ ਹਾਜ਼ਰ ਹੈ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਅੱਜ ਦੇ ਵਿਸ਼ੇ ਕਿਸਾਨਾਂ ਦੇ ਅਪ੍ਰੈਲ ਮਹੀਨੇ ਦੇ ਰਜੇਵੇਂ ਇਹਦੇ ਤੇ ਗੱਲਬਾਤ ਲੈ ਕੇ ਅੱਜ ਦੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਡਾਕਟਰ ਅਮਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਸਾਰ ਮਹਾਰ ਪੀਏਯੂ ਖੇਤਰੀ ਖੋਜ ਕੇਂਦਰ ਬਠਿੰਡਾ ਤੋਂ ਕਿਸਾਨ ਪਰਨ ਉਤੇ ਭਰਾਓ ਜੇਕਰ ਤੁਸੀਂ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਕੋਈ ਵੀ ਸਵਾਲ ਸਾਡੇ ਮਾਰਾਂ ਤੋਂ ਜਾਨਣਾ ਚਾਹੁੰਦੇ ਹੋ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਡਾ ਫੋਨ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 0164 2240331 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਕੋਈ ਵੀ ਸਵਾਲ ਅੱਜ ਦੇ ਵਿਸ਼ੇ ਤੇ ਨਾਲ ਸੰਬੰਧਿਤ ਸਾਡੇ ਮਾਰਾਂ ਤੋਂ ਪ੍ਰੋਗਰਾਮ ਦੇ ਦੌਰਾਨ ਸੁਣ ਸਕਦੇ ਹੋ ਪੁੱਛ ਸਕਦੇ ਹੋ ਸੰਧੂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਆਕਾਸ਼ ਬਾਣੀ ਬਠਿੰਡਾ ਦੇ ਸਟੂਡੀਓ ਚ ਆਉਣ ਤੇ ਹਾਰਦਿਕ ਸਵਾਗਤ ਹੈ ਜੀ ਸ਼ੁਕਰੀਆ ਗਗਨ ਜੀ ਸੰਧੂ ਸਾਹਿਬ ਇਹ ਮਹੀਨਾ ਜਿਹੜਾ ਸਾਡੇ ਕਿਸਾਨ ਭਰਾਵਾਂ ਦੇ ਲਈ ਬੜੇ ਰਜੇਮਿਆਂ ਭਰਪੂਰ ਆ ਸਾਡੇ ਕਿਸਾਨਾਂ ਨੇ ਜਿੱਥੇ ਇੱਕ ਪਾਸੇ ਹਾੜੀ ਦੀ ਜਿਹੜੀ ਫਸਲ ਆ ਉਹਦੀ ਵਾਢੀ ਕਰਨੀ ਆ ਉਹਦੀ ਵੇਚਵਟ ਕਰਨੀ ਆ ਉਹਦਾ ਮੰਡੀਕਰਨ ਕਰਨਾ ਤੇ ਦੂਸਰੇ ਪਾਸੇ ਨਾਲ ਦੀ ਨਾਲ ਜਿਹੜੀ ਸੌਣੀ ਦੀ ਸਾਡੀ ਦੂਜੀ ਮੁੱਖ ਫਸਲ ਨਰਮਾ ਉਹਦੀ ਬਜਾਦ ਵੀ ਕਰਨੀ ਆ ਤੇ ਇਨ੍ਹਾਂ ਅਰਝੇਮਿਆਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਨੂੰ ਭਾਵੇਂ ਯਾਦ ਨੇ ਕਿ ਅਸੀਂ ਇਹ ਇਹ ਕਰਨੇ ਆ ਮੋٹے ਮੋٹے ਕੰਮ ਉਹਨਾਂ ਦੇ ਟਿਪਸ ਤੇ ਨੇ ਪਰ ਫਿਰ ਵੀ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਆਪ ਦਾ ਯੋਗਦਾਨ ਜਿਹੜਾ ਪਾਉਂਦੇ ਰਹੀਏ ਤੇ ਅਸੀਂ ਕਿਸਾਨਾਂ ਨੂੰ ਉਹਨਾਂ ਦੇ ਰਜੇਵੇਂ ਯਾਦ ਦਵਾਉਂਦੇ ਰਹੀਏ ਤੇ ਕਿਵੇਂ ਕਿਵੇਂ ਉਹਨਾਂ ਨੇ ਕਿਹੜੇ ਕਿਹੜੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਸਮੇਂ ਦੇ ਵਿੱਚ ਜਿਹੜੇ ਆਹੋ ਪੂਰੇ ਕਰਨੇ ਆ ਇਹਦੇ ਲਈ ਮੈਂ ਅੱਜ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਇਹੀ ਪੁੱਛਦਾ ਹਾਂ ਵੀ ਤੁਸੀਂ ਇਹਨਾਂ ਰਜੇਮਿਆਂ ਦੇ ਵਿੱਚ ਖਾਸ ਕਰਕੇ ਵਾਢੀ ਦੇ ਸੀਜ਼ਨ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਗਗਨ ਜੀ ਬਿਲਕੁਲ ਗੱਲ ਤੁਹਾਡੀ ਸਹੀ ਹੈ ਅਪ੍ਰੈਲ ਦਾ ਮਹੀਨਾ ਚੜ ਗਿਆ ਜੀ ਕੰਮ ਬਹੁਤ ਆ ਬਿਲਕੁਲ ਫਸਲ ਸੋਰੀ ਅਗੇਤੀ ਆ ਰਹੀ ਲੱਗਦੀ ਸਾਨੂੰ ਜੀ ਗਰਮੀ ਪੈ ਗਈ ਜਿਆਦਾ ਮਾਰਚ ਦੇ ਵਿੱਚ ਜੀ ਤੇ ਉਹਦੇ ਕਰਕੇ ਆਇਆ ਲੱਗਦਾ ਵੀ ਵਿਸਾਖੀ ਨਹੀਂ ਆਉਣੀ ਕੰਬਾਈਨਾ ਪਹਿਲਾਂ ਚੱਲ ਪੈਣੀ ਆ ਬਿਲਕੁਲ ਸੋ ਕਣਕ ਦੀ ਵਾਢੀ ਹੋਣੀ ਆ ਉਹਨੂੰ ਮੰਡੀ ਦੇ ਵਿੱਚ ਵੇਚਣਾ ਵੀ ਆ ਠੀਕ ਹੈ ਜੀ ਤੇ ਖੇਤ ਜਦੋਂ ਖਾਲੀ ਹੋਵੇ ਤੇ ਫਿਰ ਉਹ ਕਹਿੰਦੇ ਹੁੰਦੇ ਆ ਵੀ ਜਿਹੜਾ ਕਿਸਾਨ ਆ ਉਹਨੂੰ ਐ ਲੱਗਦਾ ਵੀ ਇਹ ਖਾਲੀ ਆ ਤੇ ਹੁਣ ਨਾਲ ਦੀ ਨਾਲ ਹੀ ਅਗਲਾ ਵੀ ਜਿਹੜਾ ਕਦਮ ਪੁੱਟੀਏ ਕਦਮ ਪੁੱਟੀਏ ਬਿਲਕੁਲ ਸੋ ਕਦਮ ਕਿਹੜੇ ਕਿਹੜੇ ਪੁੱਟ ਸਕਦੇ ਆ ਆਪਾਂ ਹਰ ਵਾਰੀ ਮਹੀਨੇ ਦੇ ਜਿਹੜਾ ਪਹਿਲਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਇਹੀ ਗੱਲ ਕਰਦੇ ਆ ਤੁਸੀਂ ਕਿ ਆ ਯਾਦ ਕਰਾ ਦਿੰਨੇ ਆ ਤੇ ਆਪਾਂ ਇਹ ਨਾਲੇ ਕਰ ਦਿੰਨੇ ਆ ਵੀ ਯਾਦ ਵੀ ਕਰਾਉਨੇ ਆ ਤੇ ਨਾਲ ਜੇ ਕੋਈ ਗੱਲ ਨਵੀਂ ਹੋਵੇ ਤੇ ਉਹ ਵੀ ਜਿਹੜੀ ਵਿਚਾਰ ਵਟਾਂਦਰਾ ਕਰ ਲਈਦਾ ਜੀ ਬਿਲਕੁਲ ਹੁਣ ਗगन ਜੀ ਗੱਲ ਇਹ ਆ ਕਣਕ ਦੀ ਵਾਢੀ ਹੋਣੀ ਆ ਤੇ ਮੰਡੀ ਕਰਨਾ ਹੋਣਾ ਇਹ ਇੱਕ ਆਰਮ ਸਿਸਟਮ ਆ ਕਿਸਾਨੀ ਦਾ ਕਿਉਂਕਿ ਅੱਜ ਕੱਲ ਉਹ ਹੱਥੀ ਵੱਢਣ ਵਾਲਾ ਕੰਮ ਗਿਆ ਕੰਬਾਈਨ ਨੇ ਕਰਨਕ ਵੱਢ ਦੇਣੀ ਹੈ ਤੇ ਟਰਾਲੀਆਂ ਨੇ ਮੰਡੀ ਚ ਲੈ ਜਾਣੀਆਂ ਤੇ ਛਾਂਣਛਣਈਏ ਤੋਂ ਬਾਅਦ ਉਹਨੇ ਤਲ ਜਾਣਾ ਤੇ ਕੰਮ ਖਤਮ ਹੋ ਜਾਣਾ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹੂੰਗਾ ਇਸ ਜੀ ਨਾਲ ਸੰਬੰਧਿਤ ਕਿਉਂਕਿ ਤੁਸੀਂ ਸਵਾਲ ਕੀਤਾ ਜੀ ਕਿਸੇ ਵੀ ਫਸਲ ਦਾ ਜਿਹੜੀ ਉਹਦੀ ਸਫਲਤਾ ਹੁੰਦੀ ਹੈ ਕਿਸੇ ਫਸਲ ਦੀ ਉਹ ਹੁੰਦਾ ਬੀਜ ਕਹਿਣ ਦਾ ਭਾਵ ਹੈ ਧੁਰਾ ਖੇਤੀ ਦਾ ਬਿਲਕੁਲ ਜੀ ਜਿਹੜੇ ਸੁਧਰੇ ਬੀਜ ਆ ਚੰਗੇ ਬੀਜ ਆ ਜਾਂ ਸ਼ੁੱਧ ਬੀਜ ਆ ਇਹ ਸਾਡੀ ਫਸਲ ਦੇ ਪਹਿਲਾ ਮੋਢ ਹੁੰਦਾ ਇਹ ਬਿਲਕੁਲ ਤੇ ਕਿਉਂਕਿ ਹੁਣ ਕਣਕ ਵੜਣੀ ਆ ਤੇ ਬੀ ਰੱਖਣਾ ਬਹੁਤ ਸਾਰੇ ਕਿਸਾਨ ਵੀਰਾਂ ਨੇ ਨਵੀਆਂ ਵੈਰੈਟੀਆਂ ਬੀਜੀਆਂ ਹੋਣਗੀਆਂ ਜਾਂ ਪੁਰਾਣੀਆਂ ਚੋਂ ਵੀ ਬੀ ਰੱਖਣਾ ਹੁੰਦਾ ਤਾਂ ਬਸ ਉੱਥੇ ਇੱਕ ਹੀ ਉਹਨਾਂ ਲਈ ਸਲਾਹ ਇਹ ਹੈ ਕਿ ਆਪਾਂ ਕਈ ਵਾਰੀ ਬਹੁਤ ਮਹਿੰਗਾ ਬੀ ਲਿਆ ਕੇ ਬੀਜ ਲੈਣੇ ਆ ਠੀਕ ਹੈ ਤੇ ਸਿਰਫ ਇੱਕ ਥੋੜੀ ਜੀ ਕੋਸ਼ਿਸ਼ ਨਾ ਕਰਨ ਕਰਕੇ ਆਪਾਂ ਨੂੰ ਸਾਰੇ ਨੂੰ ਰਲਾਮ ਲਾ ਕੇ ਵੜ ਗਏ ਫਿਰ ਮਿੱਟੀ ਕਰ ਦਿੰਨੇ ਆ ਤੇ ਅਗਲੀ ਵਾਰੀ ਫਿਰ ਉਸੇ ਕਿਸਮ ਦਾ ਵੀ ਆਪਾਂ ਨਵਾਂ ਪਾਲ ਦੇ ਫਿਰਦੇ ਆ ਠੀਕ ਹੈ ਜੀ ਸੋ ਇੱਕ ਕੰਮ ਕਰਨਾ ਚਾਹੀਦਾ ਸਾਡੇ ਕਿਸਾਨ ਵੀਰਾਂ ਨੂੰ ਕਿ ਜਿੱਥੋਂ ਅਸੀਂ 20 ਰੱਖਣਾ ਪਹਿਲੀ ਗੱਲ ਤਾਂ ਅਸੀਂ ਸਮੇਂ-ਸਮੇਂ ਤੇ ਦੱਸਦੇ ਵੀ ਰਹਿੰਨੇ ਆ ਵੀ ਜਿਹੜੇ ਕਿੱਲੇ ਦੇ ਵਿੱਚੋਂ ਆਪਾਂ 20 ਰੱਖਣਾ ਉਹਦੇ ਵਿੱਚ ਪਹਿਲਾਂ ਕੀ ਕੀ ਕੰਮ ਕਰਨੇ ਲੇਕਿਨ ਹੁਣ ਉਹ ਤਾਂ ਸੰਭਲ ਲੰਘ ਗਿਆ ਹੁਣ ਤਾਂ ਉਹ ਕੀਤਾ ਜਾਂ ਨਹੀਂ ਕੀਤਾ 20 ਫੇਰ ਵੀ ਰੱਖਣਾ 20 ਫੇਰ ਵੀ ਤਾਂ ਹੁਣ ਉੱਥੇ ਇਹੀ ਹੁੰਦਾ ਵੀ ਜਿੰਨੇ ਕ ਸਾਡੀ 20 ਦੀ ਜ਼ਰੂਰਤ ਆ ਉਹਦੇ ਮੁਤਾਬਕ ਕੰਬਾਈਨ ਪਹਿਲਾਂ ਉਸੇ ਕਿਸਮ ਦੇ ਵਿੱਚ ਇੱਕ ਦੋ ਚੱਕਰ ਲਾ ਕੇ ਉਹ ਟੈਂਕੀ ਖਾਲੀ ਕਰਕੇ ਤੇ ਜਿੱਥੋਂ ਜਦੋਂ ਸਾਨੂੰ ਪਤਾ ਲੱਗ ਜਾਏ ਵੀ ਇੱਕ ਟੈਂਕੀ ਉਸੇ ਕਿਸਮ ਦੇ ਸੀ ਪਹਿਲਾਂ ਭਰ ਕੇ ਟਰਾਲੀ ਚਲਾ ਦੇ ਖਾਲੀ ਕਰਤੀਆ ਹੁਣ ਇਹਦਾ ਮਤਲਬ ਕੰਬਾਈਨ ਦੇ ਅੰਦਰ ਹੋਰ ਕਿਸਮ ਦੇ ਦਾਣੇ ਨਹੀਂ ਹੈਗੇ ਜੀ ਬਿਲਕੁਲ ਤੇ ਫਿਰ ਅਸੀਂ ਓਨੀ ਥਾਂ ਚ ਸਾਨੂੰ 25 ਮਣ ਚਾਹੀਦੀ ਆ 30 ਮਣ ਚਾਹੀਦੀ ਆ 15 ਮਣ ਚਾਹੀਦੀ ਆ ਆਪਾਂ ਓਨੀ ਜਿਹੜੀ ਇੱਕ ਜਿਹੜੀ ਟੈਂਕੀ ਭਰ ਕੇ ਕੰਬਾਈਨ ਦੀ ਤੇ ਉਹ ਟਰਾਲੀ ਦੇ ਵਿੱਚ ਵੱਖ ਪਵਾ ਕੇ ਤੇ ਉਹਨੂੰ ਵੱਖ ਆਪਣੇ ਘਰ ਦੇ ਵਿੱਚ ਕਿਸੇ ਪੱਕੇ ਫਰਸ਼ ਤੇ ਲਾ ਦੇਣਾ ਜੀ ਤੇ ਉਦੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਸੁਕਾਉਣਾ ਵੀ ਆ ਠੀਕ ਹੈ ਜੀ ਮਤਲਬ ਧੋਪ ਲਵਾਓ ਪੰਜ ਛੇ ਦਿਨ ਕਟੋ-ਕਟ ਜਦੋਂ ਆਪਾਂ ਨੂੰ ਲੱਗੇ ਕਿ ਹਾਂ ਬਿਲਕੁਲ ਸੁੱਕ ਗਈ ਹੈ ਆਪਾਂ ਢੇਰ ਦੇ ਵਿੱਚ ਬਾਹ ਬਾ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਨਵੀਂ ਹੈ ਨਹੀਂਗੀ ਤੇ ਉਸ ਤੋਂ ਬਾਅਦ ਉਹਨੂੰ ਆਪਾਂ ਚੰਗੀ ਤਰ੍ਹਾਂ ਸਕਾ ਕੇ ਜਿਹੜੀ ਬੀ ਆਸ ਰੱਖਣੀ ਡਰਮਾ ਦੇ ਵਿੱਚ ਫਿਰ ਭਰਨਾ ਠੀਕ ਹੈ ਜੀ ਸੋ ਇਹ ਆ ਜਿਹੜੀ ਵਾੜੀ ਦੇ ਨਾਲ ਸੰਬੰਧਿਤ ਪਰ ਜਦੋਂ ਵਾੜੀ ਹੋ ਗਈ ਖੇਤ ਖਾਲੀ ਹੋ ਗਿਆ ਠੀਕ ਹੈ ਜੀ ਫਿਰ ਅਪ੍ਰੈਲ ਦੇ ਵਿੱਚ ਨਰਮਾ ਵੀ ਬੀਜਣਾ ਹੈ ਫਿਰ ਅਪ੍ਰੈਲ ਦੇ ਵਿੱਚ ਅਸੀਂ ਜਿਹੜੀ ਐ ਸੱਠੀ ਮੂੰਗੀ ਗਰਮ ਰੋਤ ਵਾਲੀ ਉਹ ਵੀ ਬੀਜਣੀ ਹੈ ਕਿਸੇ ਨੇ ਮੰਗਹੋਲੀ ਵੀ ਬੀਜਣੀ ਹੈ ਕਿਸੇ ਨੇ ਝੋਜਨਾ ਨੇ ਝੋਨਾ ਲਾਉਣਾ ਉਹਨਾਂ ਨੇ ਹਰੀ ਖਾਦ ਵੀ ਕਰਨੀ ਹੈ ਤੇ ਕਈਆਂ ਨੇ ਜਿਹੜੇ ਗਾਂ ਵਧੂ ਕਿਸਾਨ ਨੇ ਉਹਨਾਂ ਨੇ ਮਿੱਟੀ ਪਰਖ ਵੀ ਕਰਾਉਣੀ ਹੈ ਸੋ ਇਹੋ ਜਿਹੀਆਂ ਚੀਜ਼ਾਂ ਚਾਰੇ ਵਾਲੀਆਂ ਫਸਲਾਂ ਵੀ ਅੱਜਕੱਲ ਚੱਲਣ ਲੱਗ ਪਈਆਂ ਚਾਰ ਵਾਸਤੇ ਤੇ ਇਹੋ ਜੇ ਕੰਮ ਵੀ ਹੋਣੇ ਆ ਸੋ ਇਹ ਸਾਰੇ ਜਿਵੇਂ ਜਿਹੜੇ ਅਪਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਜੀ ਬਿਲਕੁਲ ਸਦੂ ਸਾਹਿਬ ਇਹ ਤਾਂ ਗੱਲ ਹੋ ਗਈ ਜੀ ਵਾਢੀ ਦੇ ਸਬੰਧਤ ਤੁਸੀਂ ਜਿਹੜੀ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੀ ਕੀਤੀ ਆ ਅਗਲੀ ਗੱਲ ਜੇ ਮੈਂ ਤੁਹਾਡੇ ਤੋਂ ਜਾਣਨੀ ਚਾਹਾਂ ਤਾਂ ਉਹ ਆ ਜਾਂਦੀ ਹੈ ਜੀ ਥੋੜਾ ਜਿਹਾ ਮੰਡੀ ਕਰਨ ਬਾਰੇ ਕੁਝ ਨੁਕਤੇ ਜਿਹੜੇ ਸਾਡੇ ਕਿਸਾਨ ਭਰਾਵਾਂ ਨਾਲ ਉਹ ਹਾਂ ਇਹ ਗगन ਜੀ ਬੜੀ ਅਹਿਮ ਗੱਲ ਆ ਬੇਸ਼ੱਕ ਕਣਕ ਝੋਨਾ ਐਮਐਸਪੀ ਤੇ ਵਿਗਦਾ ਸਾਡੀਆਂ ਮੰਡੀਆਂ ਦੇ ਵਿੱਚ ਔਰ ਸਰਕਾਰ ਪ੍ਰੋਕਿਊਰਮੈਂਟ ਕਰਦੀ ਆ ਜੀ ਜੀ ਪਰ ਫਿਰ ਵੀ ਅੱਜ ਕੱਲ ਜਿਹੜੇ ਕਾਇਦਾ ਕਾਨੂੰਨ ਨੇ ਉਹ ਸਖਤ ਹੋ ਰਹੇ ਆ ਔਰ ਸਾਨੂੰ ਉਹਨਾਂ ਨੂੰ ਮੰਨਣਾ ਵੀ ਚਾਹੀਦਾ ਠੀਕ ਹੈ ਜੀ ਕਿਉਂਕਿ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਤੇ ਕਿਤੇ ਨਾ ਕਿਤੇ ਮੁਸ਼ਕਲ ਹੈ ਜਿਹੜੀ ਸਾਡੇ ਤੇ ਆ ਕੇ ਖਲੋਣੀ ਹੈ ਜੀ ਤਾਂ ਉਹਦੇ ਚ ਜਿਹੜੀ ਕੁਝ ਗੱਲਾਂ ਦੀਆਂ ਹਦਾਇਤਾਂ ਨੇ ਬੜੀਆਂ ਸਾਫ਼ ਹੋਏ ਆ ਪੀ ਕੰਬਾਈਨ ਹੈ ਜਿਹੜੀ ਸ਼ੁਰੂਆਤੀ ਦਿਨਾਂ ਦੇ ਵਿੱਚ ਅਜੇ ਵੈਸੇ ਤਾਂ ਬਹੁਤ ਨਮੀ ਘਟ ਗਈ ਰਾਤ ਦੀ ਪਰ ਫਿਰ ਵੀ ਅਜੇ ਸਵੇਰੇ ਆਪਾਂ ਦੇਖੀਏ ਤੇ 9 ਵਜੇ ਤੱਕ ਕੰਬਾਈਨ ਹੈ ਜਿਹੜੀ 8 ਵਜੇ ਤੱਕ ਘਟੋ ਘਟੜ ਉਹ ਨਾ ਚਲਾਈ ਜਾਵੇ ਠੀਕ ਹੈ ਫਿਰ ਰਾਤ ਨੂੰ ਕੰਬਾਈਨਾ ਜਿਹੜੀਆਂ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਨਹੀਂ ਚਲਣੀਆਂ ਚਾਹੀਦੀਆਂ ਕਿਉਂਕਿ ਉਹਦੇ ਨਾਲ ਨਮੀ ਗਣਕ ਦੇ ਵਿੱਚ ਆਉਂਦੀ ਆ ਠੀਕ ਹੈ ਫਿਰ ਕੀ ਹੈ ਕਿ ਜਦੋਂ ਅਸੀਂ ਫਸਲ ਮੰਡੀ ਦੇ ਵਿੱਚ ਲੈ ਕੇ ਜਾਣੀ ਹੈ ਤੇ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਉਹ ਸੁੱਕੀ ਹੋਵੇ ਜਿੰਨੀ ਨਮੀ ਦੀ ਮਾਤਰਾ ਨਿਰਧਾਰਤ ਕੀਤੀ ਗਈ ਹੈ ਉਦੋਂ ਉੱਪਰ ਨਾ ਜਾਵੇ ਤੇ ਜਿਹੜਾ ਕੂੜਾ ਕਰਕਟਿਆ ਵਿੱਚ ਉਹ ਤਾਂ ਚਲੋ ਸਫਾਈ ਕੁੰਡੀ ਕੱਪੇ ਦੀ ਸਫਾਈ ਤਾਂ ਉੱਥੇ ਹੋ ਜਾਂਦੀ ਹੈ ਜੀ ਲੇਕਿਨ ਇਹ ਆ ਕਿ ਉਸ ਤੋਂ ਬਾਅਦ ਜਦੋਂ ਮੰਡੀ ਤੁਸੀਂ ਵੀ ਆਪ ਦੀਆਂ ਕੋਸ਼ਾਂ ਪੂਰੀਆਂ ਕਰਤੀਆਂ ਅਗੋਂ ਮੰਡੀ ਦੇ ਵਿੱਚ ਵੀ ਸਾਰੀ ਪ੍ਰੋਸੈਸ ਹੋ ਗਈ ਤੇ ਫਿਰ ਜੇ ਫਾਰਮ ਲੈਣਾ ਨਾ ਭੁੱਲੋ ਜੀ ਆਪਦੀ ਫਸਲ ਵੇਚੀ ਹੈ ਤੇ ਜਿਹੜਾ ਵੀ ਤੁਹਾਡਾ ਆੜਦਿਆ ਉਹਦੇ ਕੋਲੋਂ ਜੇ ਫਾਰਮ ਦੀ ਮੰਗ ਜ਼ਰੂਰ ਕਰੋ ਕਿਉਂਕਿ ਤੁਹਾਡੀ ਫਸਲ ਵੇਚੀ ਦਾ ਰਿਕਾਰਡ ਜੇ ਫਾਰਮ ਆ ਠੀਕ ਹੈ ਜੇ ਤੁਸੀਂ ਜੇ ਫਾਰਮ ਲਿਆ ਹੀ ਨਹੀਂ ਤੇ ਇਹਦਾ ਮਤਲਬ ਹੈ ਤੁਸੀਂ ਫਸਲ ਮੰਡੀ 'ਚ ਵੇਚੀ ਨਹੀਂ ਠੀਕ ਹੈ ਜੀ ਸੋ ਇਸ ਕਰਕੇ ਸਾਨੂੰ ਹਰ ਇੱਕ ਬੰਦੇ ਨੂੰ ਜਿੰਨਾ ਹੀ ਹਿੱਸਾ ਕੋਈ 50 ਕੁਇੰਟਲ ਵੇਚ ਕੇ ਆਉਂਦਾ ਕੋਈ 500 ਕੁਇੰਟਲ ਵੇਚ ਕੇ ਆਉਂਦਾ ਤੇ ਉਹਨੂੰ ਆਪ ਦਾ ਜੇ ਫਾਰਮ ਹੈ ਜਿਹੜਾ ਉਹ ਜ਼ਰੂਰ ਲੈਣਾ ਚਾਹੀਦਾ ਤਾਂ ਕਿ ਉਹਦੀ ਜਿਹੜੀ ਕੰਟਰੀਬਿਊਸ਼ਨ ਹੈ ਜਾਂ ਜਿਹੜਾ ਉਹਦਾ ਹਿੱਸਾ ਉਹਦੇ ਵਿੱਚ ਤਾਂ ਹੀ ਮੰਨਿਆ ਜਾਣਾ ਜੇ ਉਹਦੇ ਨਾਂ ਤੇ ਜੇ ਫਾਰਮ ਕੱਟਿਆ ਜਾਂਦਾ ਨਹੀਂ ਤੇ ਉਹ ਹਿੱਸਾ ਉਹਦਾ ਨਹੀਂ ਮੰਨਿਆ ਜਾਂਦਾ ਸੋ ਹਰ ਇੱਕ ਕਿਸਾਨ ਵੀਰ ਨੇ ਜਿਹੜੇ ਮਾਪਦੰਡ ਨੇ ਜੀ ਮਾਪਦੰਡਾਂ ਨੂੰ ਪੂਰਾ ਕਰਨਾ ਕਿਸਾਨ ਦਾ ਕੰਮ ਹੈ ਉਸ ਤੋਂ ਬਾਅਦ ਮੰਡੀ ਦੇ ਵਿੱਚ ਕਣਕ ਖਰੀਦਣਾ ਸਰਕਾਰ ਦਾ ਕੰਮ ਹੈ ਲੇਕਿਨ ਜਿਹੜੀਆਂ ਜੇ ਫਾਰਮ ਦੇਣਾ ਉਹ ਤੁਸੀਂ ਆਰਟੀਏ ਤੋਂ ਲੈਣਾ ਆ ਇਹ ਜੀ ਜ਼ਰੂਰੀ ਆ ਜੀ 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 ਸੰਧੂ ਸਾਹਿਬ ਇਹ ਗੱਲ ਹੋ ਗਈ ਜੀ ਸਾਡੇ ਮੰਡੀ ਕਰਨ ਦੀ ਹਾੜੀ ਦੀਆਂ ਫਸਲਾਂ ਦੀ ਉਸ ਤੋਂ ਬਾਅਦ ਨਰਮੇ ਦੀ ਕਿਉਂਕਿ ਵਜਾਂਤ ਜਿਹੜੀ ਹੈ ਇਸ ਖਿੱਤੇ ਦੇ ਵਿੱਚ ਕਿਤੇ ਨਾ ਕਿਤੇ ਦੂਜੀ ਮੁੱਖ ਸੋਨੀ ਦੀ ਫਸਲ ਵਜੋਂ ਕੀਤੀ ਜਾਂਦੀ ਆ ਤੇ ਨਰਮੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਗਗਨ ਜੀ ਦੇਖੋ ਨਰਮਾ ਇੱਕ ਐਸੀ ਫਸਲ ਆ ਜਿਹਦੇ ਤੇ ਸਮੇਂ-ਸਮੇਂ ਤੇ ਮੁਸ਼ਕਲਾਂ ਆਈਆਂ ਬਿਲਕੁਲ ਜੀ ਕਦੇ ਮਤਲਬ ਕਿ 80 ਦੇ 80 ਦਾ 90 ਦਾ ਟਾਈਮ ਸੀਗਾ ਉਹਦੇ ਵਿੱਚ ਵੀ ਗਲਾਬੀ ਸੁੰਡੀ ਆਈ ਸੀ ਜੀ ਫਿਰ ਕਾਬੂ ਹੋ ਗਈ 80 82 83 84 ਤੱਕ ਜੀ ਫਿਰ ਅਮਰੀਕਨ ਸੁੰਡੀ ਆ ਗਈ 92 93 ਤੋਂ ਬਾਅਦ ਜੀ ਫਿਰ ਬੀਡੀ ਨਰਮ ਆ ਗਿਆ ਉਹ ਵੀ ਕਾਬੂ ਹੋ ਗਈ ਜੀ ਫਿਰ ਆ ਤੁਸੀਂ ਦੇਖਿਆ 14 15 'ਚ ਮੱਛਰ ਨੇ ਬੜਾ ਤੰਗ ਕੀਤਾ ਜੀ ਫਿਰ ਉਹ ਕਾਬੂ ਹੋ ਗਿਆ ਜੀ ਤੇ ਹੁਣ ਫਿਰ ਦੁਬਾਰਾ ਗਲਾਬੀ ਸੁੰਡੀ ਜਿਹੜੀ ਹੈ ਉਹ ਮਤਲਬ 80 ਦੇ ਅਧਾਕੇ ਤੋਂ ਬਾਅਦ ਦੁਬਾਰਾ ਆ ਗਈ ਦੁਬਾਰਾ ਜੀ ਸੋ ਗੱਲ ਇਹ ਆ ਕਿ ਇਹ ਜਿਹੜੀ ਫਸਲ ਸੀ ਇਹ ਤੇ ਕੁਝ ਜਦੋਂ ਵੀ ਸਮੇਂ-ਸਮੇਂ ਤੇ ਇਹਤੇ ਮੁਸ਼ਕਲਾਂ ਆਈਆਂ ਤੇ ਸਾਡੇ ਕਿਸਾਨ ਵੀਰ ਨੇ ਝੋਨੇ ਵਾਲੋਂ ਮੂੰਹ ਮੋੜਿਆ ਜਦੋਂ ਕਿ ਇਹ ਇਲਾਕਾ ਝੋਨੇ ਵਾਲਾ ਨਹੀਂਗਾ ਤੇ ਸਾਡੇ ਉਹ ਕਿਸਾਨ ਵੀਰ ਵੀ ਝੋਨਾ ਲਈ ਜਾਂਦੇ ਆ ਜਿਨ੍ਹਾਂ ਕੋਲੇ ਮਤਲਬ ਸਮਝ ਲਓ ਕਿ ਉਹਨਾਂ ਦੀਆਂ ਜ਼ਮੀਨਾਂ ਜਾਂ ਪਾਣੀ ਝੋਨੇ ਵਾਲਾ ਨਹੀਂ ਨਹੀਂ ਜੀ ਸੋ ਗੱਲ ਇਹ ਆ ਵੀ ਹੁਣ ਪਿਛਲੇ ਸਾਲ ਨੁਕਸਾਨ ਬਹੁਤ ਹੋਇਆ ਤੇ ਸਰਕਾਰ ਨੂੰ ਵੀ ਮਤਲਬ ਕਿ ਉਹਦਾ ਮੁਆਵਜ਼ਾ ਦੇਣਾ ਪਿਆ ਇੱਥੋਂ ਤੱਕ ਨੁਕਸਾਨ ਹੋਇਆ ਠੀਕ ਹੈ ਜੀ ਤੇ ਫਸਲ ਘਟ ਗਈ ਨਰਮੇ ਦਾ ਰੇਟ ਭਾਅ ਬਹੁਤ ਵੱਧ ਗਿਆ ਜੀ ਤੇ ਕਹਿਣ ਦਾ ਭਾਅ ਵਾ ਜੇ ਆ ਵੀ ਜਿਹੜਾ ਤਾਂ ਨਰਮੇ ਦਾ ਭਾਅ ਵਾ ਉਹ ਤਾਂ ਕਿਸਾਨ ਨੂੰ ਕਹਿੰਦਾ ਨਰਮਾ ਬੀਜ ਠੀਕ ਹੈ ਜੀ ਤੇ ਜਿਹੜੀ ਸੁੰਡੀ ਦਾ ਜੋ ਹਮਲਾ ਸੀ ਸੁੰਡੀ ਬਨੇਰੇ ਦੇ ਬਿਠੀਏ ਕਹਿੰਦੀ ਜੇ ਬੀਜਾਂ ਦੇ ਵੇਖ ਲਈ ਜੀ ਬਿਲਕੁਲ ਮੈਂ ਵੀ ਹੈਗੀਆਂ ਮੇਰਾ ਵੀ ਧਿਆਨ ਰੱਖੀ ਸੋ ਗੱਲ ਇਹ ਹੈ ਕਿ ਅਸੀਂ ਜਿਹੜੇ ਆ ਉਹ ਅਸੀਂ ਤਾਂ ਉਤਸ਼ਾਹਤ ਹੋਣ ਵਾਲੇ ਲੋਕ ਆ ਸਾਨੂੰ ਰੇਟ ਉਤਸ਼ਾਹਤ ਕਰ ਰਿਹਾ ਨਰਮਾ ਬੀਜਾਂ ਲਈ ਤੇ ਅਸੀਂ ਕਿਸੇ ਦੇ ਚੈਲੈਂਜ ਉਹ ਤਾਂ ਛੇਤੀ ਕੀਤੇ ਡਰਦੇ ਹੀ ਨਹੀਂ ਹਾਂ ਤੇ ਸੁੰਡੀ ਕੀ ਜੀ ਇਹਨੂੰ ਵੀ ਆਪਾਂ ਰੋਕ ਲਾਂਗੇ ਸੋ ਮੈਂ ਤਾਂ ਇਹ ਕਹੂੰਗਾ ਕਿ ਜ ਪਾਣੀ ਦੀ ਬਹੁਤ ਕਮੀ ਹੋ ਰਹੀ ਹੈ ਧਰਤੀ ਹਟਲਾ ਪਾਣੀ ਬਹੁਤ ਥੱਲੇ ਜਾ ਰਿਹਾ ਤੇ ਸਾਡੇ ਇਸ ਇਲਾਕੇ ਦੇ ਵਿੱਚ ਕਿਸਾਨ ਵੀਰਾਂ ਨੂੰ ਥੋੜਾ ਬਹੁਤਾ ਨਰਮੇ ਵਾਲੇ ਪਾਸੇ ਜਾਣਾ ਚਾਹੀਦਾ ਔਰ ਜ਼ਰੂਰ ਜਾਣਾ ਚਾਹੀਦਾ ਸੁੰਡੀ ਜਦੋਂ ਆਊਗੀ ਫਿਰ ਦੇਖੀ ਜਾਊਗੀ ਰੋਕਥਾਮ ਹੋਣ ਲਈ ਦਵਾਈਆਂ ਹੈਗੀਆਂ ਸਾਰਾ ਕੁਝ ਹੋਊਗਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਨਰਮੇ ਦੀ ਬਜਾਈ ਹੋਣੀ ਚਾਹੀਦੀ ਆ ਜੀ अच्छा ਇਹਦੇ ਚ ਸਿਰਫ ਆਪਾਂ ਜਿਆਦਾ ਨਹੀਂ ਆਪਾਂ ਗੱਲਾਂ ਇਹੀ ਕਰਾਂਗੇ ਕਿ ਬਜਾਈ ਵੇਲੇ ਕੀ ਹੋ ਸਕਦਾ ਜਿਆਦਾ ਲੰਮਾ ਚੌੜੀ ਆਪਾਂ ਗੱਲ ਅਗਲੇ ਮਹੀਨੇ ਕਰਾਂਗੇ ਮਈ ਜੂਨ ਚ ਕਿਉਂਕਿ ਮਈ ਤੋਂ ਫਿਰ ਅਸੀਂ ਸੁੰਡੀ ਵਾਲੇ ਪਾਸੇ ਵੀ ਹੋ ਜਾਣਾ ਬਿਲਕੁਲ ਜੀ ਬਿਲਕੁਲ April ਦੇ ਵਿੱਚ ਇਹ ਆ ਕਿ ਪਹਿਲਾਂ ਤਾਂ ਮੈਂ ਇਹ ਕਹੂੰਗਾ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਸਾ ਵੀ ਨਰਮਾ ਛੇਤੀ ਤੋਂ ਛੇਤੀ ਬੀਜੋ ਠੀਕ ਹੈ ਤੇ ਸਾਡਾ ਸ਼ਿਫਾਰਸ਼ ਟਾਈਮ ਵੀ 1 April ਤੋਂ 15 ਮਈ ਦਾ ਹੈ ਠੀਕ ਹੈ ਜੀ ਯੂਨੀਵਰਸਿਟੀ ਦਾ ਨਰਮਾ ਬਜਾਈ ਦਾ ਬਜਾਈ ਦਾ ਲੇਕਿਨ ਇਸ ਵਾਰੀ ਕਿਉਂਕਿ ਸੁੰਡੀ ਆ ਜਿਹੜੀ ਉਹ ਆਪਾਂ ਨੂੰ ਪਤਾ ਸਾਰਾ ਵੀ ਉਹ ਛਟੀਆਂ ਦੇ ਜਿਹੜੇ ਸ਼ੋਰ ਲ ਠੀਕ ਹੈ ਜੀ ਤੇ ਕੁਝ ਸਾਡੇ ਖੇਤ ਐ ਸੋਰੀ ਸਰੋਂ ਵਾਲੇ ਕਾਫੀ ਐ ਕਿਉਂਕਿ ਕਿਸਾਨਾਂ ਨੇ ਸਰੋਂ ਥੋੜੀ ਥੋੜੀ ਕਿਹੇ ਅੱਧਾ ਕਿੱਲਾ ਪੰਜ ਕਿੱਲੇ ਅੱਧਾ ਦੋਕ ਨਾਲਾ ਸਰੋਂ ਦਾ ਏਰੀਆ ਮਤਲਬ ਹਰ ਪਿੰਡ ਚ ਮਤਲਬ ਹੈ ਹੈਗਾ ਹੁਣ ਉਹ ਖੇਤ ਖਾਲੀ ਹੋ ਗਏ ਠੀਕ ਹੈ ਜੀ ਠੀਕ ਹੈ ਜੀ ਕੁਝ ਕਈ ਵਾਰੀ ਜਵੀ ਵਾਲੇ ਖੇਤ ਖਾਲੀ ਹੋ ਜਾਂਦੇ ਆ ਜਾਂ ਕੋਈ ਹੋਰ ਚਾਰੇ ਵਾਲਾ ਖੇਤ ਵੀ ਖਾਲੀ ਹੋ ਸਕਦਾ ਠੀਕ ਹੈ ਤਾਂ ਇੱਥੇ ਅਸੀਂ ਇਸ ਵਾਰੀ ਸਗੋਂ ਇਹ ਕਹਿ ਰਹੇ ਹਾਂ ਵੀ ਤੁਸੀਂ ਨਰਮਾ ਉਦੋਂ ਹੀ ਬੀਜਣਾ ਸ਼ੁਰੂ ਕਰਨਾ ਜਿਹੜਾ ਕੋਈ ਥੋੜਾ ਬਹੁਤਾ ਖੇਤ ਖਾਲੀ ਹੋਇਆ ਉਹਨੂੰ ਜਿਆਦਾ ਬੀਜਣ ਦੀ ਕਾਹਲੀ ਨਾ ਕਰੋ ਜੀ ਉਹਨੂੰ ਵੀ ਸਗੋਂ ਅਸੀਂ ਥੋੜਾ ਜਿਆ ਜਦੋਂ ਅਸੀਂ ਕਣਕ ਵਾਲੇ ਵਾਢ ਦੇ ਵਿੱਚ ਨਰਮਾ ਬੀਜਣਾ ਨਾ ਪਹਿਲੀ ਰੌਣੀ ਲਾਉਣੀ ਉਦੋਂ ਹੀ ਬੀਜੋ ਕਿਉਂਕਿ ਜਿਹੜਾ ਨਰਮਾ ਜਿਆਦਾ ਕਿਤਰਾ ਹੁਣ ਬੀਜਿਆ ਗਿਆ ਬੀਜਿਆ ਤਾਂ ਦਿਆਣਾ 2 ਨਾਲਾ 4 ਨਾਲਾ ਥੋੜਾ ਏਰੀਆ ਠੀਕ ਹੈ ਜੀ ਲੇਕਿਨ ਉਹਨੇ ਫੁੱਲ ਪਹਿਲਾਂ ਕੱਢ ਜਾਣੇ ਆ ਜੀ ਕਿਉਂਕਿ ਉਹਨੇ ਜੂਨ ਦੇ ਵਿੱਚ ਹੀ 2 ਮਹੀਨਾ ਬਾਅਦ ਉਹਨੂੰ ਫੁੱਲ ਆ ਲੈਣ ਠੀਕ ਹਾਈਬ੍ਰਿਡ ਐ ਸਾਰੇ ਠੀਕ ਹੈ ਜਦੋਂ ਹੀ ਫੁੱਲ ਆ ਗਏ ਫਿਰ ਸਾਨੂੰ ਉੱਥੇ ਸੰਡੀ ਦਾ ਵੀ ਮਤਲਬ ਧਿਆਨ ਰੱਖ ਲੈਣਾ ਖਤਰਾ ਵੱਧ ਬਣ ਜਾਣਾ ਸੋ ਇਹ ਨਾ ਹੋਵੇ ਵੀ ਮੇਡ ਫਸਲ ਪਿੱਛੋਂ ਆਵੇ ਤੇ ਸੰਡੀ ਆਪਾਂ ਪਹਿਲਾਂ ਹੀ ਤਿਆਰ ਕਰ ਲਈਏ ਸੋ ਕੋਸ਼ਿਸ਼ ਇਹ ਕਰਨੀ ਆ ਕਿ ਅਸੀਂ ਜਿਹੜੀ ਕਣਕ ਆਲਾ ਵੱਢ ਤੇ ਜਿਹੜੇ ਪਹਿਲਾਂ ਵੱਢ ਖਾਲੀ ਸਰੋਂ ਵਾਲੇ ਹੋਏ ਆ ਉਹਨਾਂ ਦੀ ਬਜਾਈ ਅਸੀਂ ਲੱਗ-ਬੱਗ ਇਕੱਠੀ ਕਰੀਏ ਜ਼ਿਆਦਾ ਗਿਤਰਾ ਨਹੀਂ ਕਰਨਾ ਜੀ ਦੂਜੀ ਗੱਲ ਰੌਣੀ ਚੰਗੀ ਕਰਨੀ ਆ ਰੌਣੀ ਵੀ ਪਰਵੀ ਕਰੋ ਜਿੱਥੇ ਵੀ ਨਰਮਾ ਬੀਜਣਾ ਔਰ ਨਹਿਰੀ ਬਾਣੀ ਨਾ ਕਰਨ ਦੀ ਕੋਸ਼ਿਸ਼ ਕਰੋ ਇਹ ਜ਼ਰੂਰੀ ਹੈ ਜੀ ਫਿਰ ਅਗਲੀ ਗੱਲ ਆ ਜਾਂਦੀ ਹੈ ਕਿ ਜਦੋਂ ਬੱਤਰ ਆ ਗਈ ਜ਼ਮੀਨ ਚੰਗੇ ਬੱਤਰ ਸੀ ਵਾਉਣਾ ਨਾ ਖੁਸ਼ਕ ਹੋਣ ਦੇਣੀ ਆ ਤੇ ਨਾ ਹੀ ਗਿੱਲਾ ਹੋਣਾ ਗਿੱਲਾ ਵਾ ਗਿਆ ਤਾਂ ਵੀ ਮਾੜਾ ਜੇ ਖੁਸ਼ਕ ਹੋ ਗਿਆ ਫਿਰ ਤਾਂ ਮਾੜਾ ਹੈ ਹੀ ਹੈ ਹੈ ਗਈ ਹੈ ਜੀ ਅਗਲੀ ਗੱਲ ਜਿਹੜੀ ਤਿੱਜੀ ਬਹੁਤ ਅਹਿਮ ਗੱਲ ਆ ਨਰਮੇ ਦੀ ਬਜਾਈ ਵੇਲੇ ਕਾਲੀ ਨਹੀਂ ਕਰਨੀ ਬਜਾਈ ਬਹੁਤ ਆਰਾਮ ਨਾਲ ਕਰੋ ਜੇ ਤੁਹਾਡਾ ਸਿਸਟਮ ਤੁਹਾਡਾ ਟਰੈਕਟਰ ਡ੍ਰਿੱਲ ਜੀ ਜੇ ਉਹ 45 ਮਿੰਟਾਂ ਚ ਤੁਹਾਨੂੰ ਬੀਜਣ ਲਈ ਕਹਿ ਰਿਹਾ ਤਾਂ ਸਗੋਂ 15 ਮਿੰਟ ਵੱਧ ਲਾ ਕੇ ਬੀਜੋ ਠੀਕ ਹੈ ਜੀ ਕਿਉਂਕਿ ਜਿਹੜਾ ਨਰਮ ਜਦੋਂ ਅਸੀਂ ਬਜਾਈ ਕਰਨ ਵੇਲੇ ਕਾਲੀ ਕਰ ਜਾਂਦੇ ਆ ਜੀ ਮੰਨ ਲਓ ਡਰਲ ਕਿਤੇ ਤਰ ਗਈ ਘਟ ਲੱਗੀ ਠੀਕ ਹੈ ਜੀ ਤਾਂ ਵੀ ਨਰਮਾ ਗਿਆ ਵੱਧ ਲੱਗੀ ਨਰਮਾ ਤਾਂ ਵੀ ਗਿਆ ਤਾਂ ਵੀ ਗਿਆ ਠੀਕ ਹੈ ਜੀ ਜੀ ਨਰਮੇ ਦੇ ਬੀ ਦੇ ਉੱਤੇ ਜਾਦੀ ਮਿੱਟੀ ਪੈ ਗਈ ਤਾਂ ਵੀ ਨਰਮੇ ਨੂੰ ਗੁਲਜ ਮੁਸ਼ਕਲ ਆਉਣੀਆਂ ਨਾ ਪਈ ਤੇ ਉਹਨੇ ਓਕੇ ਸੜ ਜਾਣਾ ਸੜ ਜਾਣਾ ਜੀ ਸੋ ਬਜਾਈ ਬਹੁਤ ਧਿਆਨ ਨਾਲ ਕਰਨ ਦੀ ਲੋੜ ਆ ਬਹੁਤ ਸਲੋ ਤਰੀਕੇ ਨਾਲ ਕਰਨ ਦੀ ਲੋੜ ਆ ਔਰ ਤੁਹਾਡੇ ਜਿਹੜੀਆਂ ਟਰੈਕਟਰ ਦੀਆਂ ਲਿੰਕਸ ਨੇ ਉਹ ਬੜੀਆਂ ਮਤਲਬ ਸਿਸਟਮੈਟਿਕ ਹੋਣੀਆਂ ਚਾਹੀਦੀਆਂ ਵਧੀਆ ਹੋਣੀਆਂ ਚਾਹੀਦੀਆਂ ਇਹ ਨਾ ਹੋਵੇ ਇੱਕ ਬੰਨੋ ਡ੍ਰਿਲ ਵੱਧ ਲੱਗ ਰਹੀ ਹੈ ਇੱਕ ਬੰਨੋ ਡ੍ਰਿਲ ਘੱਟ ਲੱਗ ਰਹੀ ਹੈ ਇੱਕ ਸਾਰ ਲੱਗ ਮਤਲਬ ਇੱਕ ਸਾਰਤਾ ਡ੍ਰਿਲ ਲੱਗਣ ਚ ਬਹੁਤ ਜ਼ਰੂਰੀ ਆ ਤੇ ਅਸੀਂ ਬਜਾਈ ਆ ਜਿਹੜੇ ਬਹੁਤ ਆਰਾਮ ਨਾਲ ਧਿਆਨ ਨਾਲ ਕਰਨੀ ਹੈ ਜੀ ਹੁਣ ਵੀ ਆ ਜਿਹੜੇ ਲਗਭਗ ਸਾਰੇ ਹਾਈਬ੍ਰਿਡ ਆ ਠੀਕ ਹੈ ਜੀ ਪ੍ਰਾਈਵੇਟ ਸੈਕਟਰ ਦੇ ਵਿੱਚੋਂ ਸਾਰੇ ਹਾਈਬ੍ਰਿਡ ਆਉਣੇ ਆ ਜੀ ਤੇ ਕਿਸਾਨ ਵੀਰਾਂ ਨੂੰ ਸਲਾਹ ਇਹ ਆ ਵੀ ਹਾਈਬ੍ਰਿਡ ਵਰਤਨੇ ਆ ਜਿਹੜੇ ਤੁਹਾਡੇ ਪਿਛਲੇ ਸਾਲਾਂ ਦੇ ਜਿਨ੍ਹਾਂ ਦਾ ਤੁਹਾਨੂੰ ਉਹਨਾਂ ਦਾ ਤਜਰਬਾ ਹੈ ਜੀ ਨਵੀਂ ਜਿਹੜੀ ਚੀਜ਼ ਆ ਮੰਨ ਲਓ ਕੋਈ ਨਵਾਂ ਹਾਈਬ੍ਰਿਡ ਮਾਰਕੀਟ ਦੇ ਵਿੱਚ ਆਉਂਦਾ ਜੀ ਉਹਨੂੰ ਕੋਈ ਵੀ ਨੁਮਾਇੰਦਾ ਆਣ ਕੇ ਉਸ ਕੰਪਨੀ ਦਾ ਜਾਣ ਕੇ ਕਹਿੰਦਾ ਕਿ ਇਹਨੂੰ ਆ ਬੀਜਨਾ ਤੇ ਤੁਸੀਂ ਉਹਨੂੰ ਐਕਸਪੈਰੀਮੈਂਟਲ ਕਿ ਲਾਧਾਖਲਾ ਬੀਜੋ ਜੀ ਲੇਕਿਨ ਜਿਆਦਾ ਰਕਬਾ ਜਿਹੜਾ ਵਾ ਉਹ ਤੁਸੀਂ ਜਿਹੜੀਆਂ ਵੈਰੈਟੀਆਂ ਪਰਖੀਆਂ ਹੋਈਆਂ ਤੁਹਾਡੀਆਂ ਪਿਛਲੇ ਉਹਦੇ ਤਹਿਤ ਲੈ ਕੇ ਆਓ ਕਿਉਂਕਿ ਨਵੀਂ ਚੀਜ਼ ਹੈ ਜਿਹੜੀ ਉਹਨੂੰ ਅਸੀਂ ਇਕੱਲੀ ਟੈਸਟ ਕਰਨਾ ਹੁੰਦਾ ਠੀਕ ਹੈ ਜੀ ਕਿਉਂਕਿ ਸਾਰਾ ਕੰਮ ਪ੍ਰਾਈਵੇਟ ਸੈਕਟਰ ਚ ਹੋਣਾ ਸੋ ਇਸ ਕਰਕੇ ਜਿਹੜੀਆਂ ਕਿਸਮਾਂ ਨੇ ਉਹ ਸਹੀ ਚੋਣ ਕਰਨੀਆਂ ਜਿਨ੍ਹਾਂ ਨੇ ਤੁਹਾਡੇ ਖੇਤਾਂ ਜਾਂ ਤੁਹਾਡੇ ਆਂਢਗੁਆਂ ਦੇ ਖੇਤਾਂ ਚੰਗੇ ਨਤੀਜੇ ਪਹਿਲਾਂ ਦਿੱਤੇ ਆ ਸਾਲ ਦੋ ਸਾਲ ਦਿੱਤੇ ਯਾਨੀ ਜਿਹੜੇ ਪਰਖੇ ਹੋਏ ਪਰਖੇ ਹੋਏ ਆ ਪਰਖੇ ਹੋਇਆ ਫਿਰ ਇਹ ਬੀਜ ਦੀ ਸੋਧ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਦਵਾਈਆਂ ਲਗੀਆਂ ਹੁੰਦੀਆਂ ਹੁਣ ਜਿਹੜਾ ਇਹਦੇ ਵਿੱਚ ਨੌਨ ਬੀਟੀ ਬੀ ਜੋ ਵੀ ਵਿੱਚ ਹੀ ਰਲਿਆ ਹੁੰਦਾ ਤੁਸੀਂ ਉਹਨੂੰ ਪਹਿਲਾਂ ਕੀ ਸੀ ਉਹਦੇ ਅੱਡ ਪੈਕਟ ਆਉਂਦੇ ਸੀ ਤੇ ਉਹ ਕਿਸਾਨ ਵੀਰ ਬੀਜ ਦੇ ਨਹੀਂ ਸੀਗੇ ਤੇ ਉਹ ਗੜਬੜ ਹੋ ਰਹੀ ਸੀ ਹੁਣ ਉਹ ਮਿਕਸ ਆਉਂਦਾ ਹੁਣ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡਾ ਉਹ ਵਿੱਚ ਹੀ ਉਹ ਬੀਜ ਆ ਮਤਲਬ ਹੁਣ ਤੁਸੀਂ ਪਾਸੇ ਸੁੱਟ ਨਹੀਂ ਸਕਦੇ ਜਿਵੇਂ ਅੱਗੇ ਸੀ ਕੱਢ ਕੇ ਬਾਹਰ ਸੁੱਟਦੇ ਸੀ ਹਾਂ ਹਾਂ ਉਹ ਨਹੀਂ ਸੁੱਟੀਆਂ ਜਾਂਦੀਆਂ ਹਾਂ ਜੀ ਬਿਲਕੁਲ ਸੰਤੂ ਸਾਹਿਬ ਅਗਲੀ ਗੱਲਬਾਤ ਤੋਂ ਪਹਿਲਾਂ ਸਾਡੇ ਨਾਲ ਇੱਕ ਕਿਸਾਨ ਭਰਾ ਫੋਨ ਲਾਈਨ ਤੇ ਆ ਜੀ ਆਪਾਂ ਉਹਨਾਂ ਦਾ ਸਵਾਲ ਲੈ ਲਈਏ ਹੈਲੋ ਹਲੋ ਹਾਂਜੀ ਕੌਣ ਬੋਲਦੇ ਹੋ ਤੇ ਕਿਹੜੇ ਪਿੰਡ ਤੋਂ ਬੋਲਦੇ ਹੋ ਸੁਖਮੰਦਰ ਸਿੰਘ ਬੋਲਦਾ ਜੀ ਪਿੰਡ ਭਾਗੀ ਮੰਦਰ ਤੋਂ ਜੀ ਸੁਖਮੰਦਰ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਡਾ ਸਾਹ ਹੋਰਾਂ ਤੋਂ ਸਵਾਲ ਡਾ ਸਾਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਖਮੰਦਰ ਸਿੰਘ ਜੀ ਡਾ ਸਾਹ ਸਵਾਲ ਇਹ ਹੈ ਜੀ ਵੀ ਦੱਸੋ ਜੀ ਕਿਹੜਾ ਲੱਗਿਆ ਇਹ ਕਿੱਥੋਂ ਲੱਗਿਆ ਜੀ ਸੁਖਮੰਦਰ ਸਿੰਘ ਜੀ ਉਹੀ ਸ਼ਾਇਦ ਗੱਲ ਮੈਂ ਗਗਨ ਜੀ ਨਾਲ ਸਾਂਝੀ ਕਰ ਰਿਹਾ ਸੀ ਆ ਕਿ ਅਸੀਂ ਕਿਉਂਕਿ ਮੈਂ ਤੁਹਾਨੂੰ ਇਹ ਕਿਹਾ ਵੀ ਜੇ ਤਾਂ ਸਾਡੀਆਂ ਕਿਸਮਾਂ ਹੁੰਦੀਆਂ ਤਾਂ ਮੈਂ ਉਹਨਾਂ ਦਾ ਨਾਮ ਲੈਂਦਾ ਵੀ ਆ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਕਰਦੀ ਆ ਹੁਣ ਅਸੀਂ ਕੀ ਕਰਦੇ ਆ ਕਿਉਂਕਿ ਬਹੁਤ ਸਾਰੇ ਹਾਈਬ੍ਰਿਡ ਆ ਤਕਰੀਬਨ 50 ਹਾਈਬ੍ਰਿਡ ਆ ਔਰ ਸਾਰੇ ਪ੍ਰਾਈਵੇਟ ਕੰਪਨੀ ਦੇ ਆ ਤੇ ਉਹਨਾਂ ਨੂੰ ਅਸੀਂ ਆਪਦੀਆਂ ਕਿਤਾਬਾਂ ਦੇ ਵਿੱਚ ਲਿਖਣਾ ਵੀ ਬੰਦ ਕਰਤਾ ਕਿਉਂਕਿ ਉੱਥੇ ਜਿਹੜੀ ਸਮੱਸਿਆ ਦੂਜੀ ਆ ਜਾਂਦੀ ਹੈ ਕਿ ਆਪਾਂ ਨੂੰ ਕਈ ਵਾਰੀ ਐਂ ਲੱਗਦਾ ਵੀ ਕਿਸੇ ਖਾਸ ਚੀਜ਼ ਦੀ ਫੇਵਰ ਹੋ ਰਹੀ ਆ ਤੁਸੀਂ ਮੈਂ ਤਾਂ ਇੱਥੇ ਗੱਲ ਕਹਿ ਰਿਹਾ ਕਿ ਅਸੀਂ ਜਿਹੜੀਆਂ ਕਿਸਮਾਂ ਪਰਖੀਆਂ ਹੋਈਆਂ ਨੇ ਸਾਡੀਆਂ ਜ਼ਮੀਨਾਂ 'ਚ ਫਟਿਆ ਜਿਨ੍ਹਾਂ ਨੂੰ ਤੇਲਾ ਘੱਟ ਲੱਗਦਾ ਜਿਨ੍ਹਾਂ ਨੂੰ ਲੀਫ ਕਰਲ ਬਿਮਾਰੀ ਨਹੀਂ ਆਉਂਦੀ ਜਿਹੜੀਆਂ ਗੇਤੀਆਂ ਵੀ ਨੇ ਜਿਨ੍ਹਾਂ ਦੇ ਟੀਂਡੇ ਦਾ ਸਹਿਜ ਵੀ ਚੰਗਾ ਹੈ ਜਿਨ੍ਹਾਂ ਦੀ ਰੂੰ ਦੀ ਕੁਆਲਿਟੀ ਵੀ ਚੰਗੀ ਆ ਇਹ ਜਿਹੇ ਕਿਸਮਾਂ ਜਿਹੜੀਆਂ ਅਸੀਂ ਪਰਖੀਆਂ ਹੋਈਆਂ ਅਸੀਂ ਉਹਨਾਂ ਨੂੰ ਤਰਜੀਹ ਦੇਣੀ ਆ ਔਰ ਮੈਂ ਇੱਕ ਚੀਜ਼ ਹੋਰ ਕਹਿ ਦਿਆਂ ਕਦੇ ਵੀ ਜੇ ਕੋਈ ਨਵੀਂ ਕਿਸਮ ਲਾਉਣੀ ਆ ਠੀਕ ਹੈ ਜੀ ਤੇ ਉਹਦਾ ਥੋੜਾ ਏਰੀਆ ਲਾਉਣਾ ਹੁਣ ਮੈਂ ਇੱਕ ਇੱਥੇ ਚੀਜ਼ ਹੋਰ ਕਹਿ ਰਿਹਾ ਕਈਆਂ ਥਾਵਾਂ ਤੇ ਅਫਵਾਹ ਉੱਡੀ ਹੋਈ ਆ ਕੁਝ ਨਰਮਾ ਬਾਹਰੋਂ ਆ ਰਿਹਾ ਵੀ ਮੈਂ ਤਾਂ ਹੁਣ ਰਾਜ ਸਟੇਟ ਦਾ ਨਾਮ ਵੀ ਨਹੀਂ ਲੈਣਾ ਵੀ ਆ ਰਿਹਾ ਕਿ ਉਹਦੇ ਵਿੱਚ ਜਿਹੜਾ ਗੁਲਾਬੀ ਸੁੰਡੀ ਨੂੰ ਸਹਿਣ ਕਰਨ ਦੀ ਸ਼ਕਤੀ ਹੈਗੀ ਆ ਸੋ ਇਹ ਕੀ ਆ ਕਿ ਕਈ ਵਾਰੀ ਇਹੋ ਜਿਹਾ ਮਟੀਰੀਅਲ ਆ ਸਕਦਾ ਤੁਹਾਡੇ ਕੋਲ ਜਿਹੜਾ ਸੁੰਡੀ ਦਾ ਪਤਾ ਨਹੀਂ ਉਹਨੂੰ ਸਹਿਣ ਸ਼ਕਤੀ ਹੈ ਕਿ ਨਹੀਂ ਹੈ ਆਪਾਂ ਕੋਈ ਨਵੀਂ ਚੀਜ਼ ਨਾ ਸੇੜ ਲਈਏ ਉਹਨੂੰ ਲੀਫ ਕਰਵਾਦ ਲੱਗਦੀ ਹੋਵੇ ਉਹਨੂੰ ਤੇਲਾ ਵੱਦ ਲੱਗਦਾ ਹੋਵੇ ਜਾਂ ਉਹਦੇ ਝਾੜ ਦੇਣ ਦੀ ਸਮਰੱਥਾ ਨਾ ਹੋਵੇ ਸੋ ਉਹ ਕਿਸਮਾਂ ਤੋਂ ਅਸੀਂ ਬਚਣਾ ਔਰ ਜਿਹੜੀਆਂ ਸਾਡੀਆਂ ਵੇਖੀਆਂ ਪਰਖੀਆਂ ਕਿਸਮਾਂ ਨੇ ਆਪਦੇ ਖੇਤਾਂ ਜਾਂ ਗਵਾਂਢ ਚ ਪਿੰਡ ਦੇ ਵਿੱਚ ਉਹਨਾਂ ਕਿਸਮਾਂ ਨੂੰ ਅਸੀਂ ਤਰਜੀਹ ਦੇਣੀ ਹੈ ਠੀਕ ਹੈ ਜੀ ਜੀ ਸੁਖਵਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ ਸ਼ੁਕਰੀਆ ਮਿਹਰਬਾਨੀ ਸੰਧੂ ਸਾਹਿਬ ਆਪਾਂ ਗੱਲ ਹਾਂ ਗਗਨ ਜੀ ਗੱਲ ਨਰਮੇ ਦੀ ਤੇ ਬੀ ਦੀ ਆਪਾਂ ਗੱਲ ਕੀਤੀ ਸੀ ਵੀ ਦਵਾਈ ਇਹਨੂੰ ਲੱਗੀ ਹੋਈ ਆ 900 ਗ੍ਰਾਮ ਬੀ ਪੈਣਾ ਸਾਰੇ ਹਾਈਬ੍ਰਿਡ ਦਾ ਠੀਕ ਹੈ ਜੀ ਇੱਕ ਦੋ ਚੀ ਕਿਉਂਕਿ ਨਰਮਾ ਜਿਹੜਾ ਇਹਨੂੰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਮਹੀਨਾ ਪਾਣੀ ਲਾਇਆ ਹੀ ਨਾ ਜਾਵੇ ਜਦੋਂ ਬਜਾਈ ਹੋਗੀ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਹੈ ਮੀਂਹ ਪੈ ਗਿਆ ਜੀ ਨਰਮਾ ਵੀ ਗਿਆ ਕਰੰਡ ਵੀ ਨਹੀਂ ਹੋਇਆ ਪੰਜਾਰ ਨਰਮਾ ਹੋ ਗਿਆ ਲੇਕਿਨ ਮੀਂਹ ਪੈ ਗਿਆ ਜੀ ਮੀਂਹ ਕੀ ਕਰੂਗਾ ਮੀਂਹ ਨਰਮੇ ਦੇ ਪੈਰ ਤਾਂ ਲਾ ਦੂਗਾ ਉਹਦੇ ਪਿਛੋਂ ਸੜਨ ਦੀ ਸੰਭਾਵਨਾ ਨਹੀਂ ਰਹਿਣੀ ਮੱਚਣ ਦੀ ਕੋਈ ਸੰਭਾਵਨਾ ਨਹੀਂ ਜੀ ਲੇਕਿਨ ਉੱਥੇ ਨਦੀ ਨੁਗਣੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਤੇ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਐ ਲੱਗਦਾ ਵੀ ਹੁਣ ਇਹ ਮੱਚਦਾ ਤਾਂ ਹੈ ਨਹੀਂ ਤੇ ਆਪਾਂ ਇਹਨੂੰ ਪਾਣੀ ਦੀ ਲਾਉਣ ਦੀ ਲੋੜ ਨਹੀਂ ਕਿਉਂਕਿ ਸਹੀ ਆ ਲੇਕਿਨ ਕੱਖਾਂ ਦਾ ਵਾਧਾ ਗਰਮੀ ਕਰਕੇ ਹੋ ਰਿਹਾ ਜੀ ਇੱਕਦਾਂ ਛੜਾਕਾ ਹੋਰ ਪੈ ਗਿਆ ਹੋਰ ਤੇਜ਼ੀ ਨਾਲ ਵਧਣ ਲੱਗ ਜਾਣਗੇ ਠੀਕ ਹੈ ਜੀ ਸੋ ਕਈ ਵਾਰੀ ਕੀ ਹੁੰਦਾ ਵੀ ਨਰਮਾ ਛੋਟਾ ਉਹਨਾਂ ਆਪਾਂ ਸੀਲ ਵੀ ਨਹੀਂ ਸਕਦੇ ਜੀ ਤਾਂ ਨਰਮੇ ਦੇ ਵਿੱਚ ਪ੍ਰੀ ਐਮਰਜੈਂਸ ਜਿਹੜਾ ਨਦੀਨ ਆਸ਼ਕ ਬਹੁਤ ਇਫੈਕਟਿਵ ਆ ਠੀਕ ਹੈ ਜੀ ਪ੍ਰੀ ਐਮਰਜੈਂਸ ਦਾ ਮਤਲਬ ਇਹ ਆ ਵੀ ਆਪਾਂ ਜਦੋਂ ਨਰਮਾ ਬੀਜਿਆ ਹਾਂਜੀ ਉਦੋਂ ਬਾਅਦ ਮੰਨ ਲਓ ਸ਼ਾਮ ਨੂੰ ਜੇ ਤਾਂ ਸਵੇਰੇ ਨਰਮਾ ਬ ਤਾਂ ਸ਼ਾਮ ਨੂੰ ਜੇ ਸ਼ਾਮ ਨੂੰ ਵੀਜਾ ਤੇ ਅਗਲੇ ਦਿਨ ਸਵੇਰੇ ਠੀਕ ਹੈ ਜੀ ਸਟੌਪ 1 ਲੀਟਰ ਦਵਾਈ ਪੈਂਡੀਮੈਥਲਨ 30 ਸੀਆ ਜਿਹੜਾ ਉਹਨੂੰ 200 ਲੀਟਰ ਪਾਣੀ ਚ ਪਾ ਕੇ ਇੱਕ ਸਾਰ ਛਿੜਕਾ ਕਰ ਦਿਓ ਚੰਗੀ ਤਰ੍ਹਾਂ ਜੀ ਉਹਦੇ ਨਾਲ ਕੀ ਹੋਊਗਾ ਤੁਸੀਂ 45 50 ਦਿਨ ਜਿਹੜਾ ਨਦੀਨਾ ਤੋਂ ਮੁਕਤ ਕਰ ਲਿਆ ਖੇਤ ਉਹਨੇ ਚੰ ਨੂੰ ਕੀ ਹੋਊਗਾ 50 ਦਿਨਾਂ ਚ ਨਰਮਾ ਗਿੱਠ ਪਾਰ ਕਰ ਜੂਗਾ ਜੀ ਉਹ ਤੋਂ ਬਾਅਦ ਸੀਲਰ ਵੱਜ ਜਾਣਗੇ ਤੇ ਸਾਡੀ ਜਿਹੜੀ ਨਦੀਨਾ ਦੀ ਸਮੱਸਿਆ ਵਾ ਉਹ 20% ਹੀ ਰਹਿ ਜੂਗੀ ਠੀਕ ਹੈ ਜੀ ਸੋ ਇਸ ਕਰਕੇ ਇਹ ਬੜੀ ਵਧੀਆ ਪ੍ਰੈਕਟਿਸ ਹੈ ਮਤਲਬ 4-500 ਰੁਪਏ ਦਾ ਖਰਚਾ ਜੀ ਪਰ ਇਹਦੇ ਨਾਲ ਤੁਸੀਂ ਇੱਕ ਵਾਰੀ ਜਿਹੜਾ ਨਦੀਨਾ ਤੋਂ ਜਿਹੜੀ ਆ ਮੁਕਤੀ ਬਾ ਲੈਨੇ ਆ ਠੀਕ ਹੈ ਜੀ ਸੋ ਇਹ ਜਿਹੜਾ ਕੰਮ ਹੈ ਨੂੰ ਅਸੀਂ ਪ੍ਰੀ ਅਮਰਜੈਂਸ ਦਾ ਮਤਲਬ ਹੁੰਦਾ ਨਦੀਨ ਉੱਗਣ ਤੋਂ ਪਹਿਲਾਂ ਹੀ ਛੜਕਾ ਕਰ ਦੇਣਾ ਠੀਕ ਹੈ ਜੀ ਸਟੌਪਿਕ ਲੀਟਰ ਇਹ ਬੜੀ ਵਧੀਆ ਚੀਜ਼ ਆ ਅਗਰ ਅਸੀਂ ਇਸ ਚੀਜ਼ ਨੂੰ ਮੰਨਦੇ ਆ ਠੀਕ ਹੈ ਜੀ ਤੇ ਖਾਦਾਂ ਦੇ ਵਿੱਚੋਂ ਮੈਂ ਸਿਰਫ ਇੱਕੀ ਗੱਲ ਕਰਨੀ ਆ ਵੀ ਖਾਸ ਕਰਕੇ ਜੇ ਕੁਝ ਬਹੁਲੀਆਂ ਰੇਤਲੀਆਂ ਜ਼ਮੀਨਾਂ ਜੀ ਜੇ ਜ਼ਿਆਦਾ ਰੇਤਲੀਆਂ ਜ਼ਮੀਨਾਂ ਤੇ ਉੱਥੇ ਅਸੀਂ ਯੂਰੀਆ ਜਿਹੜੀ ਆ ਬਜਾਈ ਵੇਲੇ ਜ਼ਮੀਨ ਦੇ ਵਿੱਚ ਹੀ ਇੱਕ ਬੈਗ ਆ ਜਿਹੜਾ ਉਹ ਆਪਾਂ ਲਾ ਪਰ ਉਹ ਹਲਕੀਆਂ ਜਮੀਨਾਂ 'ਚ ਬਾਕੀ ਅਜੇ ਲੋਡ ਨਹੀਂ ਹੈਗੇ ਠੀਕ ਹੈ ਜੀ ਤੇ 1 25 ਕਿਲੋ ਮੈਗਨੀਸ਼ੀਅਮ ਸਲਫੇਟ ਆ ਜਿਹੜਾ ਇਹਦੀ ਸਿਫਾਰਸ਼ ਹੈਗੀ ਆ ਜ਼ਮੀਨ 'ਚ ਰਲਾਉਣ ਦੀ ਉਹਦਾ ਕਾਰਨ ਇਹ ਹੈ ਗਗਨ ਜੀ ਜੀ ਕਿ ਕਈ ਵਾਰੀ ਜਦੋਂ ਨਰਮਾ ਖਾਸ ਕਰਕੇ 15 ਅਗਸਤ ਤੋਂ ਬਾਅਦ ਜਦੋਂ ਨਰਮਾ ਫੁੱਲ ਪ੍ਰੈਸ਼ਰ ਤੇ ਹੁੰਦਾ ਟੀਂਡਿਆਂ ਦੇ ਤੇ ਉਦੋਂ ਮੈਗਨੀਸ਼ੀਅਮ ਦੀ ਘਾਟ ਆਉਣ ਦੇ ਨਾਲ ਨਰਮੇ ਦੇ ਪੱਤੇ ਲਾਲ ਹੋ ਜਾਂਦੇ ਆ ਠੀਕ ਹੈ ਜੀ ਉਧਰੋਂ ਤਾਂ ਪ੍ਰੈਸ਼ਰ ਆ ਟੀਂਡਿਆਂ ਦਾ ਜੇ ਉਦੋਂ ਪੱਤੇ ਲਾਲ ਹੋ ਜਾਂਦੇ ਆ ਤੇ ਫਿਰ ਉਹ ਕਈ ਵਾਰੀ ਇਸ ਤਰ੍ਹਾਂ ਲੱਗਦਾ ਜਿਵੇਂ ਫਸਲ ਸੜੀ ਪਈ ਹੈ ਠੀਕ ਹੈ ਜੀ ਸੋ ਜਣੀਆਂ ਖੇਤਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਗਰਾਮ ਪ੍ਰੋਬਲਮ ਸਾਨੂੰ ਪਿਛਲੇ ਸਾਲਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਕਹਿੰਦੇ ਵੀ ਨਰਮੇ ਦੀ ਲਾੜ ਨਿਕਲਦੀ ਆ ਤਾਂ ਉੱਥੇ ਖਾਸ ਕਰਕੇ ਮੈਗਨੀਸ਼ੀਅਮ ਸਲਵੇਟ 25 ਕਿਲੋ ਜਿਹੜਾ ਉਹ ਜ਼ਮੀਨ ਦੀ ਜਦੋਂ ਆਪਾਂ ਖੀਰਲੀ ਵਾਈ ਕਰਦੇ ਆ ਜੀ ਜੀ ਉਦੋਂ ਹੀ ਜ਼ਮੀਨ ਚ ਰਲਾ ਕੇ ਨਰਮਾ ਬੀਜ ਦਿਓ ਬੀਜ ਦਿਓ ਇੰਨਾ ਕੰਮ ਅਸੀਂ ਨਰਮੇ ਦੇ ਵਾਸਤੇ ਜਿਹੜਾ ਧਿਆਨ April ਚ ਕਰਨਾ ਹੈ ਜੀ ਬਿਲਕੁਲ ਸੰਧੂ ਸਾਹਿਬ ਸਾਡੇ ਨਾਲ ਇੱਕ ਕਿਸਾਨ ਭਰਾ ਹੋਰ ਫੋਨ ਲਾਈਨ ਹੈਲੋ ਸਸਿਕਾਲ ਜੀ ਸਸਿਕਾਲ ਜੀ ਨਾਮ ਕੀ ਹੈ ਤੇ ਕਿਹੜੇ ਪਿੰਡ ਤੋਂ ਬੋਲਦੇ ਹੋ ਹਾਂਜੀ ਵਕੀਲ ਸਿੰਘ ਜੀ ਨਾਮ ਆ ਪਿੰਡ ਗਲਾਬਗੜ ਦੀ ਜੀ ਵਕੀਲ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਕੀ ਸਵਾਲ ਹੈ ਜੀ ਦਸਾਂ ਬਹੁਰਾ ਵਾਸਤੇ ਸਵਾਲ ਇਹੀ ਹੈ ਜੀ ਮੰਨ ਲਾ ਵੀ ਹੁਣ ਪਿਛਲੇ ਸਾਲ ਆਪਾਂ ਜਿਹੜਾ ਵੀ ਬੀ ਲਾਇਆ ਵੀ ਕੋਈ ਵੀ ਈ ਇਦਾਂ ਦਾ ਨਹੀਂ ਸੀ ਜਿਹਦੇ ਆਪਾਂ ਕਹਿ ਲਗੇ ਵੀ ਇਸ ਤੇ ਕੋਲਾਪੀ ਸੰਦੀ ਦਾ ਹਮਲਾ ਨਹੀਂ ਹੋਇਆ ਠੀਕ ਹੈ ਤੇ ਅੱਜ ਕੇ ਕੋਈ ਇਹੋ ਜਿਹਾ ਵੀ ਆਪਾਂ ਸ਼ਿਫਾਰਸ਼ ਕਰਦੇ ਹਾਂ ਕੀ ਜਨਾਵਾ ਕੋਈ ਵੀ ਆਇਆ ਨਹੀਂ ਵਕੀਲ ਸਿੰਘ ਜੀ ਨਹੀਂ ਹੋ ਰਿਹਾ ਅਜੇ ਨਹੀਂ ਹੈ ਜਦੋਂ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਵੀ ਨਹੀਂ ਆ ਸਕਿਆ ਜਿਹਨੂੰ ਗੁਲਾਬੀ ਸੁੰਡੀ ਨਹੀਂ ਲੱਗਦੀ ਪਤਾ ਕੀ ਹੈ ਜੀ ਹੁਣ ਮੰਨ ਲਾ ਵੀ ਇੱਕ ਮੌਕਾ ਵੀ ਆਹੀ ਟਾਈਮ ਆ ਵੀ ਹੁਣ ਆਪਾਂ ਜੇ ਕੋਈ ਐਦਾਂ ਦਾ ਵੀ ਆਉਂਦਾ ਤੇ ਆਪਾਂ ਮੰਨ ਲਾ ਨਹੀਂ ਐਡੀ ਛੇਤੀ ਐਡੀ ਛੇਤੀ ਤੁਹਾਨੂੰ ਯਾਦ ਹੈ ਅਮਰੀਕਨ ਸੁੰਡੀ ਨੇ ਤਵਾਹੀ 92 93 ਚ ਮਚਾਉਣੀ ਸ਼ੁਰੂ ਕੀਤੀ ਤੇ 97 ਚ ਜਾ ਕੇ ਕੀ ਹਾਲ ਹੋ ਗਿਆ ਸੀ ਫਸਲ ਦਾ ਤਣ ਤਣ ਸਪਰੇਆਂ ਲਾ ਕੇ ਹੋਣ ਲੱਗ ਪਈਆਂ ਟਾਈਮ ਲੱਗਦਾ ਇਹਨਾਂ ਚੀਜ਼ਾਂ ਤੇ ਇਹ ਚੀਜ਼ ਇੰਨੀ ਛੇਤੀ ਨਹੀਂ ਹੈ ਵੀ ਆਪਾਂ ਨਾਲ ਦੀ ਨਾਲ ਹੀ ਮਤਲਬ ਉਹਨੂੰ ਫੜ ਲੀਏ ਐਸ ਵਾਰੀ ਸਪਰੇ ਸ਼ਡਿਊਲ ਨੂੰ ਫਾਲੋ ਕਰਕੇ ਆਪਾਂ ਆਦੀ ਰੋਗ ਥਾਮ ਕਰਾਂਗੇ। ਜਬੀ ਸਰਪੇ ਵਗੈਰਾ ਇਦਾਂ ਦੀ ਆਉਂਦੀ ਹੈ ਹਾਂ ਮਤਲਬ ਸਪਰੇ ਨਾਲ ਹੀ ਤੇ ਜਾਂ ਫਿਰ ਤੁਹਾਨੂੰ ਪਹਿਲਾਂ ਦੱਸਿਆ ਹੈ ਵੀ ਜਿਹੜੀਆਂ ਛੜੀਆਂ ਵਗੈਰਾ ਜਿੱਥੇ ਅੱਜ ਉਹ ਬੈਠੀ ਐ ਸੁੰਡੀ ਠੀਕ ਆ? ਇਹ ਛੜੀਆਂ ਦਾ ਖਤਮ ਕਰਤੀਆਂ ਜੀ ਆਪਾਂ ਤਾਂ ਹਾਂ ਜਿੱਥੇ ਜਿੱਥੇ ਉਹ ਬੈਠੀ ਐ ਜਾਂ ਤਾਂ ਆਪਾਂ ਉਹਨੂੰ ਨਸ਼ਟ ਕਰ ਲਈਏ ਤੇ ਜਾਂ ਫਿਰ ਸਪਰੇਆਂ ਦੇ ਨਾਲ ਕੰਮ ਚਲਾਉਣਾ ਪਊਗਾ। ਜਾਵੇਂ ਆਪਾਂ ਨੂੰ ਫਸਲ ਬਦਲਣੀ ਪਊਗਾ ਸਾਹੀ ਫਸਲ ਬਦਲਣ ਦੀ ਉਹ ਤਾਂ ਗੱਲ ਹੈ ਸ਼ੁਰੂ ਚ ਕੀਤੀ ਵੀ ਬਦਲ ਕੇ ਵੀ ਐਡੀ ਛੇਤੀ ਹਾਲ ਦੀ ਘੜੀ ਮਤਲਬ ਜਿੰਨਾ ਏਰੀਆ ਨਰਮੇ ਜੀ ਹੁਣ ਆਪਾਂ ਨੂੰ ਤਾਂ ਖੈੜਾ ਛਰਾਉਣਾ ਹੀ ਪਊਗਾ ਜੀ ਅਸੀਂ ਇੱਥੋਂ ਹਾਂ ਇਹ ਨਹੀਂ ਮੈਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਇੱਕਦਮ ਅਸੀਂ ਇਸ ਚੀਜ਼ ਦੇ ਵਿੱਚੋਂ ਨਿਕਲ ਨਹੀਂ ਸਕਦੇ ਹਾਂ 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 ਜੀ ਜੀ ਵਕੀਲ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ ਸ਼ੁਕਰੀਆ ਮਿਹਰਬਾਨੀ ਜੀ ਸੰਦੂ ਸਾਹਿਬ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਆਪ ਦੇ ਖੇਤਾਂ ਦੇ ਵਿੱਚ ਜਣੀ ਚਾਹੇ ਆਲੂਆਂ ਤੋਂ ਬਾਅਦ ਹੋਵੇ ਤੇ ਕਈ ਸਾਡੇ ਕਿਸਾਨ ਇਹੋ ਜੇ ਵੀ ਹੈਗੇ ਜਿਹੜੇ ਕਣਕ ਤੋਂ ਬਾਅਦ ਵੀ ਜਿਹੜੇ ਝੋਨੇ ਵਾਲੇ ਖੇਤ ਆ ਉਹਦੇ ਵਿੱਚ ਮੂੰਗੀ ਦੀ ਕਾਸ਼ਤ ਕਰਦੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਗगन ਜੀ ਜਿਹੜੀ ਗਰਮ ਰੋਧੀ ਮੂੰਗੀ ਇਹਦੀ ਸ਼ਿਫਾਰਿਸ਼ ਅਸੀਂ ਕਰਦੇ ਆ ਮਾਰਚ ਤੋਂ ਲੈ ਕੇ ਤੇ 1 ਅਪ੍ਰੈਲ ਤੱਕ ਜੀ ਠੀਕ ਹੈ ਜੀ ਜੀ ਤੇ ਹੁਣ ਦੇਖੋ ਜੇ 20 April ਹੋ ਜਾਂਦੀ ਹੈ ਤੇ ਸਾਨੂੰ ਮੂੰਗੀ ਬੀਜਣ ਤੋਂ ਗਰੇਜ ਹੀ ਕਰਨਾ ਚਾਹੀਦਾ ਠੀਕ ਲੇਟ ਹੋ ਜਾਂਦੀ ਹੈ ਠੀਕ ਹੈ ਜੀ ਲੇਕਿਨ ਐਸ ਵਾਰੀ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਕਣਕ ਛੇਤੀ ਪੱਕਣ ਦੀ ਸੰਭਾਵਨਾ ਜੀ ਤੇ ਅਸੀਂ ਆਮ ਤੌਰ ਤੇ ਤਾਂ ਇਹ ਕਹਿੰਨੇ ਆ ਵੀ ਕਣਕ ਵਾਲੇ ਖੇਤਾਂ 'ਚ ਮੂੰਗੀ ਦੀ ਓਨੀ ਬਹਾਲੀ ਨਹੀਂ ਹੁੰਦੀ ਪਰ ਐਸ ਵਾਰੀ ਜਿਵੇਂ ਕਣਕ ਲੱਗਦਾ ਪਹਿਲਾਂ ਪੱਕੂਗੀ ਤਾਂ ਮੂੰਗੀ ਕਣਕ ਵਾਲੇ ਖੇਤ 'ਚ ਵੀ ਹੋ ਸਕਦੀ ਹੈ ਹੋ ਸਕਦੀ ਜੀ ਇਹਦੇ ਵਿੱਚ ਤਿੰਨ ਵੈਰੈਟੀਆਂ ਜੀ SML 1827 ਹੈ ਜੀ ਐਸਐਮਐਲ 832 ਹੈ ਤੇ ਇੱਕ ਪੁਰਾਣੀ ਵੈਰਾਈਟੀ ਜਿਹੜੀ ਐਸਐਮਐਲ 668 ਠੀਕ ਹੈ ਜੀ ਜਿਹੜੀ ਤਾਂ 668 ਹੈ ਦਾ 15 ਕਿਲੋ ਵੀ ਪਾਉਣਾ ਮੋਟੀ ਹੁੰਦੀ ਹੈ ਤੇ ਜਿਹੜੀਆਂ ਦੂਜੀਆਂ ਦੋ ਵੈਰਾਈਟੀਆਂ ਉਹਨਾਂ ਦਾ 12 ਕਿਲੋ ਵੀ ਪੈਂਦਾ ਕਿੱਲੇ ਦਾ ਜੀ ਠੀਕ ਹੈ ਜੀ ਬਜਾਈਏ ਦੀ ਤਕਰੀਬਨ 1 ਫੁੱਟ ਤੇ ਅਸੀਂ ਜਿਹੜੀ ਹੈ ਸਿਆੜ ਤੋਂ ਸਿਆੜ ਚ ਕਰਦੇ ਆਂ ਠੀਕ ਹੈ ਜੀ 72 ਦੇ ਵਿੱਚ ਵਧੀਆ ਬਜਾਈ ਹੋਣੀ ਹੈ ਤੇ ਇਹਦੇ ਵਿੱਚ ਵੀ ਉਹੀ ਚੀਜ਼ ਜਿਹੜੀ ਆਪਾਂ ਨਰਮੇ ਸਪਰੇ ਦੇ ਗੱਲ ਕੀਤੀ ਸੀ ਜੀ ਕੱਖ ਰੋਕਣ ਵਾਸਤੇ ਇਹਦੇ ਵਿੱਚ ਵੀ ਮੂੰਗੀ ਬੀਜਣ ਤੋਂ ਬਾਅਦ ਅਸੀਂ ਉਹੀ ਜਿਹੜੀ ਸਟੌਮਪ 1 ਲੀਟਰ 200 ਲੀਟਰ ਪਾਣੀ 'ਚ ਛਿੜਕਾਅ ਕਰਨਾ ਛਿੜਕਾਅ ਇੱਕਸਾਰ ਕਰਨਾ ਠੀਕ ਇਹ ਚੀਜ਼ ਨਰਮੇ 'ਚ ਵੀ ਜ਼ਰੂਰੀ ਹੈ ਇੱਥੇ ਵੀ ਜ਼ਰੂਰੀ ਹੈ ਔਰ ਛਿੜਕਾਅ ਇੱਕਸਾਰ ਵਾਸਤੇ ਜਿਹੜੀ ਨੋਜ਼ਲ ਹੈ ਉਹ ਫਲੱਡ ਜੈਟ ਜਾਂ ਫਲੈਟ ਫੈਨ ਘੱਟ ਵਾਲੀ ਨੋਜ਼ਲ ਜਿਹਨੂੰ ਅਸੀਂ ਕਹਿੰਨੇ ਆ ਉਹ ਹੋਣੀ ਚਾਹੀਦੀ ਹੈ ਜੀ ਸੋ ਮੂੰਗੀ ਦੇ ਵਿੱਚ ਆਪਾਂ ਜ਼ਿਆਦਾ ਨਹੀਂ ਸਿਰਫ ਮੂੰਗੀ ਦਾ ਇਹ ਆ ਕਿ ਕਿਸਮ ਤੇ ਉਹਦੇ ਬੀਜ ਦੀ ਮਾਤਰਾ ਤੇ ਹਾਂ ਇੱਕ ਚੀਜ਼ ਹੋਰ ਸਾਡੇ ਜਿਹੜੇ ਖੇਤੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾਦਾਰ ਤੋਂ ਉੱਥੋਂ ਜਿਹੜਾ ਮੂੰਗੀ ਨੂੰ ਲਾਉਣ ਵਾਲਾ ਟੀਕਾ ਜੀ ਜੇ ਉਹ ਲਾ ਲਓ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਉਹਦੇ ਨਾਲ ਇਹ ਕਿਉਂਕਿ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਜਿਹੜੀ ਹੈ ਉਹਨੂੰ ਫਿਕਸ ਕਰਦੀ ਹੈ ਤੇ ਉਹਦੇ ਨਾਲ ਉਹ ਹੋਰ ਜਿਹੜੀ ਪਾਵਰ ਆ ਉਹਦੀ ਨਾਈਟ੍ਰੋਨ ਫਿਕਸ ਕਰਦੀ ਉਹ ਹੋਰ ਵਾਝ ਜਾਂਦੀ ਹੈ ਜੇ ਅਸੀਂ ਇਹਨੂੰ ਜਵਾਨੂ ਟੀਕਾ ਮੂੰਗੀ ਦਾ ਲਾ ਦੇ ਹਾਂਜੀ ਜੀ ਇਹ ਗੱਲਾਂ ਤਾਂ ਹੋ ਗਈਆਂ ਮੁਕੀ ਦੀਆਂ ਸੰਧੂ ਸਾਹਿਬ ਉਸ ਤੋਂ ਬਾਅਦ ਸਾਡੀ ਜਿਹੜੀ ਮੁੱਖ ਫਸਲ ਬੀਜੀ ਜਾਣੀ ਹੈ ਇਸ ਇਲਾਕੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਉਹ ਛੋਟੇ ਦੀ ਫਸਲ ਬੀਜੀ ਜਾਣੀ ਆ ਤੇ ਉਹਦੀ ਵਿਜਾਈ ਦੇ ਵਿੱਚ ਅਜੇ ਟਾਈਮ ਆ ਸਾਡੇ ਕਿਸਾਨ ਭਰਾ ਮਨੇ ਅਪ੍ਰੈਲ ਮਹੀਨੇ ਦੇ ਵਿੱਚ ਮੇਰੇ ਖਿਆਲ ਚ ਕੋਈ ਉਹਦੇ ਚ ਬਹੁਤਾ ਕੰਮਕਾਰ ਜਿਹੜਾ ਉਹ ਨਹੀਂ ਕਰਨਾ ਪਰ ਜਿਹੜੀਆਂ ਜ਼ਮੀਨਾਂ ਫਿਰ ਇਸ ਮੌਕੇ ਦੇ ਉੱਤੇ ਕਣਕ ਤੋਂ ਬਾਅਦ ਖਾਲੀ ਰਹਿਣੀਆਂ ਨੇ ਜੇ ਉਹਦਾ ਕੋਈ ਜ਼ਮੀਨੀ ਸੁਧਾਰ ਜਾਂ ਉਪਜਾਊਪਣੇ ਵਾਸਤੇ ਕੋਈ ਸਾਡੇ ਕਿਸਾਨ ਭਰਾ ਕੁਝ ਕਰਨਾ ਚਾਹੁੰਦਾ ਹੋਵੇ ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਗਗਨ ਜੀ ਇਹ ਬਹੁਤ ਜ਼ਰੂਰੀ ਹੈ ਫਸਲਦਾਰ ਫਸਲ ਬੀਜੀ ਜਾ ਰਹੀ ਹੈ ਔਰ ਸਵੈਲ ਦਾ ਜਿਹੜਾ ਮਿੱਟੀ ਦਾ ਕਹਿ ਲਓ ਕੀ ਉਹਦੀ ਜਿਹੜੀ ਉਪਜਾਊਪਣਾ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਜੀ ਸਾਨੂੰ ਇੱਕ ਤਾਂ ਕਣਕ ਬੀਜਣ ਤੋਂ ਬਾਅਦ ਟਾਈਮ ਮਿਲ ਜਾਂਦਾ ਮਿੱਟੀ ਪਰਖ ਕਰਾਉਣ ਦਾ ਬਿਲਕੁਲ ਜੀ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਆਪਾਂ ਨਹੀਂ ਆਪਣੇ ਟੈਸਟ ਕਰਾਉਣੇ ਆ ਜੀ ਤੇ ਉਹ ਜਿਹੜੇ ਲੈਬ ਵਾਲੇ ਆ ਸਾਨੂੰ ਕਹਿੰਦੇ ਸਵੇਰੇ ਖਾਲੀ ਪੇਟ ਆਈਂ ਠੀਕ ਹੈ ਜੀ ਠੀਕ ਆ ਠੀਕ ਹੈ ਜੀ ਜੇ ਚੰਗਾ ਰੱਜ ਪੁੱਜ ਕੇ ਚਾਹੂ ਪੀ ਕੇ ਮਿੱਠਾ ਮੂਠਾ ਖਾ ਕੇ ਟੈਸਟ ਕਰਾ ਲਿਆ ਤਾਂ ਸਾਰਾ ਕੰਮ ਗਲਤ ਹੋ ਜਾਣਾ ਹਾਂ ਗੜਬੜ ਹੋ ਜਾਣੀ ਗੜਬੜ ਹੋ ਜਾਣੀ ਇਸੇ ਤਰ੍ਹਾਂ ਹੀ ਮਿੱਟੀ ਦਾ ਟੈਸਟ ਵੀ ਉਦੋਂ ਕਰਾਉਣਾ ਜਦੋਂ ਇਹ ਭੁੱਖੇ ਪੇਟ ਹੋਵੇ ਬਿਲਕੁਲ ਤੇ ਭੁੱਖੇ ਪੇਟ ਹੀ ਹੁੰਦੀ ਆ ਕਣਕ ਦੀ ਵਾਢੀ ਤੋਂ ਬਾਅਦ ਬਾਅਦ ਠੀਕ ਹੈ ਜੀ ਉਦੋਂ ਅਸੀਂ ਫਿਰ ਮਿੱਟੀ ਦੇ ਸੈਂਪਲ ਜਿਹੜਾ 20 ਏਕਾਰ ਦਾ ਟੋਆ ਬਣਾ ਕੇ ਜ਼ਮੀਨ ਦੇ 6 ਇੰਚ ਡੂੰਘਾ ਹੀ 20 ਏਕਾਰ ਦਾ ਟੋਆ ਬਣਾਉਣਾ ਜੀ ਤੇ ਉਹਦੇ ਵਿੱਚੋਂ ਅਸੀਂ ਇੱਕ ਸਾਈਡ ਤੋਂ ਜਿਹੜੀਆਂ ਉਹ ਪੇਪੜੀਆਂ ਲਾਉਣੀਆਂ ਆ ਠੀਕ ਹੈ ਤਿੰਨ ਚਾਰ ਥਾਵਾਂ ਤੋਂ ਜਿਹੜੀ ਇੱਕੋ ਜੀ ਜ਼ਮੀਨ ਹੈ ਇੱਕੋ ਜੀ ਜ਼ਮੀਨ ਮੰਨ ਲਓ ਦੋ ਤਿੰਨ ਕਿੱਲੇ ਬਹੁਤ ਮਾੜੇ ਆ ਉਹਦਾ ਇੱਕ ਸੈਂਪਲ ਹੋ ਜਾਊਗਾ ਕੋਈ ਕਿੱਲਾ ਦਰਮਿਆਨਾ ਉਹਦਾ ਇੱਕ ਹੋ ਜਾਊਗਾ ਇੱਕ ਕਿੱਲਾ ਬਹੁਤ ਚੰਗਾ ਉਹਦਾ ਅਲੱਗ ਸੈਂਪਲ ਹੋ ਜਾਊਗਾ ਠੀਕ ਹੈ ਜੀ ਉਹ ਤਿੰਨ ਚਾਰ ਸੈਂਪਲ ਉਨੀ ਥਾਂ ਚੋਂ ਆ ਅੱਡੜ ਥਾਵਾਂ ਜੋ ਲੈ ਕੇ ਉਹਨਾਂ ਨੂੰ ਬੱਠਲ ਦੇ ਵਿੱਚ ਮਿਕਸ ਕਰਕੇ ਉਹਦੇ ਵਿੱਚੋਂ ਮਤਲਬ ਤਕਰੀਬਨ ਅੱਧਾ ਕਿਲੋ ਮਿੱਟੀ ਹੈ ਜਿਹੜੀ ਉਹਨੂੰ ਛਾਵੇਂ ਸਕਾ ਕੇ ਤੇ ਉਹਦੇ ਉੱਤੇ ਆਪ ਦਾ ਸੈਂਪਲ ਨੰਬਰ ਲਾ ਕੇ ਤੇ ਉਹ ਲੈਬ ਦੇ ਵਿੱਚ ਚਾਹੇ ਉਹ ਐਨ ਐਫ ਐਲ ਦੀ ਲੈਬ ਹੈ ਜੇ ਹੋ ਮਾਰਕਵੈਟ ਦੀ ਲੈਬ ਆ ਚਾਹ ਖੇਤਰੀ ਖੋਜ ਕੇਂਦਰ ਦੀ ਲੈਬ ਆ ਜਿੱਥੇ ਵੀ ਖੇਤੀਬਾੜੀ ਵਿਭਾਗ ਹੈ ਉੱਥੇ ਹੀ ਆਪਾਂ ਉਹਦਾ ਟੈਸਟ ਕਰਾ ਸਕਦੇ ਹਾਂ ਸਮਾਂ ਸਾਡੇ ਕੋਲੇ ਠੀਕ ਹੈ ਜੀ ਦੂਜੀ ਗੱਲ ਆ ਗਈ ਕਿ ਅਸੀਂ ਉਹਦਾ ਪਜਾਊ ਬਣ ਜਿਵੇਂ ਤੁਸੀਂ ਕਿਹਾ ਸੀ ਤਾਂ ਉਹਦੇ ਵਾਸਤੇ ਆ ਕਿ ਜਿੰਨਾ ਨੇ ਤਾਂ ਨਰਮਾ ਬੀਜਣਾ ਸਾਡੇ ਕੋਲੇ ਕੋਈ ਹੋਰ ਕੰਮ ਦਾ ਟਾਈਮ ਨਹੀਂ ਖੇਤ ਖਾਲੀ ਹੋਇਆ ਰਹਾ ਨਹੀਂ ਕੀਤੀ ਨਰਮਾ ਬੀਜਤਾ ਠੀਕ ਹੈ ਜੀ ਲੇਕਿਨ ਝੋਨਾ ਬਾਸਮਤੀ ਵਾਲਿਆਂ ਕੋਲੇ ਸਾਡੇ ਕੋਲੇ ਸਮਾਂ ਹੈਗਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉਹਦੇ ਚ ਹਰੀ ਖਾਦ ਜਿਹਨੂੰ ਗ੍ਰੀਨ ਮਨਿਊਰਿੰਗ ਕਹਿੰਨੇ ਆ ਉਹ ਕੀਤੀ ਜਾਵੇ ਜੀ ਜੀ ਹਰੀ ਖਾਦ ਦੇ ਵਿੱਚ ਜਿਹੜਾ ਢੈਂਚਾ ਜੀ ਪੰਜਾਬ ਢੈਂਚਾ ਨੰਬਰ 1 ਜਿਹੜੀ ਵੈਰੈਟੀ ਆ ਜੰਤਰਦੀ ਉਹਦਾ 20 ਕਿਲੋ ਬੀਜ ਪਾ ਕੇ ਆਪਾਂ ਫਸਲ ਮਤਲਬ ਕਿ ਜਦੋਂ ਹੀ ਖੇਤ ਖਾਲੀ ਹੁੰਦਾ ਕਣਕ ਵਾਲਾ ਤੇ ਸਾਨੂੰ ਪਾਣੀ ਦੀ ਉਪਲਬਧਤਾ ਹੁੰਦੀ ਹੈ ਭਾਵੇਂ ਨਹਿਰੀ ਦੀ ਤੇ ਚਾਹੇ ਚਾਹੇ ਜਿਹੜਾ ਜੰਤਰਦਾ ਤਾਂ ਅਸੀਂ ਬਜਾਈ ਬੋਰ ਵਾਲੇ ਪਾਣੀ ਨਾਲ ਵੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਨਾਲ ਦੀ ਨਾਲ ਹੀ ਰੌਣੀ ਕਰਕੇ ਤੇ ਅਸੀਂ ਜਿਹੜਾ ਜੰਤਰਦੀ 20 ਕਿਲੋ ਵੀ ਪਾ ਕੇ ਬਜਾਈ ਕਰ ਦੇਣੀ ਹੈ ਤੇ ਕੋਸ਼ਿਸ਼ ਕਰੋ ਨੂੰ ਕੋਈ ਗੱਟਾ ਡੇਢ ਗੱਟਾ 75 ਕਿਲੋ ਤੱਕ ਸੁਪਰ ਫਾਸਫੇਟ ਖਾਦ ਵੀ ਪਾ ਦਿਓ ਠੀਕ ਹੈ ਜੀ ਤੇ ਯੂਰੀਆ ਖਾਦ ਇਹਨੂੰ ਪਾਉਣ ਦੀ ਲੋੜ ਨਹੀਂ ਪੈਂਦੀ ਤੇ ਉਹ ਜਦੋਂ ਅਸੀਂ 1 ਅੱਧ ਜੂਨ ਚ ਜਾ ਕੇ ਝੋਨੇ ਦੀ ਲਵਾਈ ਕਰਨੀ ਆ ਉਦੋਂ ਪਹਿਲਾਂ ਆਪਾਂ ਖੇਤ ਦੇ ਵਿੱਚ ਉਹਨੂੰ ਰਲਾ ਦੇਣਾ ਮਿਕਸ ਕਰ ਦੇਣਾ ਇੱਕ ਚੀਜ਼ ਦਾ ਧਿਆਨ ਕਰੋ ਕਿ ਕਈ ਵਾਰੀ ਕਿਸਾਨ ਵੀਰ 20 ਘੱਟ ਪਾਉਂਦਾ ਤੇ ਜੇ ਬਹੁਤਾ ਵਿਰਲਾ ਪਾਉਂਗੇ ਕਈ 4-5 ਕਿਲੋ ਵੀ ਪਾਉਂਦੇ ਮੋਟਾ ਹੋ ਜਾਂਦਾ ਠੀਕ ਹੈ ਤੇ ਫਿਰ ਉਹ ਛੇਤੀ ਖੇਤ ਦੇ ਵਿੱਚ ਗਲਦਾ ਨਹੀਂ ਜੀ ਉਹਦੇ ਚ ਰੇਸ਼ੇ ਬਣ ਜਾਂਦੇ ਆ ਮੋਟਾ ਹੋ ਕੇ ਉਹ ਜਦੋਂ ਗਲਦਾ ਨਹੀਂ ਤੇ ਸਗੋਂ ਗਲਣ ਵਾਸਤੇ ਉਲਟਾ ਜ਼ਮੀਨ ਚੋਂ ਖਰਾਕ ਲੈਂਦਾ ਠੀਕ ਹੈ ਜੀ ਤੇ ਆਪਾਂ ਨੂੰ ਐ ਲੱਗਦਾ ਫਾਇਦਾ ਕੋਈ ਨਹੀਂ ਹੋਇਆ ਉਹ ਫਾਇਦਾ ਜਾ ਕੇ ਫਿਰ 6 ਮਹੀਨੇ ਬਾਅਦ ਹੁੰਦਾ ਤੇ ਇਸ ਕਰਕੇ ਉਹਨੂੰ ਵੀ ਵੱਧ ਪਾਵਾਂਗੇ ਉਹ ਪਤਲਾ ਰਹੂਗਾ ਰੇਸ਼ਾ ਘੱਟ ਬਣੂਗਾ ਤੇ ਉਹਨਾਂ ਹੀ ਖੇਤ ਦੇ ਵਿੱਚ ਰਲ ਛੇਤੀ ਜਾਊਗਾ ਠੀਕ ਹੈ ਜੀ ਮਤਲਬ ਰਲ ਮਿਲ ਜਾਊਗਾ ਤੇ ਛੇਤੀ ਜਿਆਦਾ ਤੁਹਾਡੀ ਜਮੀਨ ਨੂੰ ਖਾਊਗਾ ਨਹੀਂ ਜੀ ਸੋ ਇਹ ਦੋ ਚੀਜ਼ਾਂ ਸੀਗੀਆਂ ਜਿਹੜੀਆਂ ਜ਼ਮੀਨ ਦੇ ਸੁਧਾਰ ਦੀਆਂ ਬਾਕੀ ਇਹ ਹੈ ਕਿ ਇਹਦੇ ਵਿੱਚ ਗੁਆਰਾ ਜੇ ਜੰਤਰ ਦਾ ਵੀ ਨਹੀਂ ਮਿਲਦਾ ਗੁਆਰਾ ਬੀਜਾ ਜਾ ਸਕਦਾ ਸਣ ਬੀਜੀ ਜਾ ਸਕਦੀ ਹੈ ਤੇ ਇਹਨਾਂ ਫਸਲਾਂ ਨੂੰ ਅਸੀਂ ਮੂੰਗੀ ਵੀ ਸਕਦੇ ਹਾਂ ਮੂੰਗੀ ਇਹ ਹੈ ਕਿ ਮੂੰਗੀ ਕਣਕ ਵਾਲੇ ਚ ਲੇਟ ਨਹੀਂ ਤਾਂ ਮੂੰਗੀ ਵੀ ਬੀਜ ਲੋ ਤੇ ਮੂੰਗੀ ਦੇ ਨਾਲ ਵੀ ਨਾਲੇ ਤਾਂ ਮੂੰਗੀ ਹੋ ਜੂਗੀ ਤੇ ਨਾਲੇ ਉਹ ਜ਼ਮੀਨ ਨੂੰ ਸੁਧਾਰੂਗੀ ਜ਼ਮੀਨ ਨੂੰ ਜਾਓ ਪਣ ਬਦੂਗਾ ਸੋ ਇਹ ਚੀਜ਼ਾਂ ਨੇ ਜ਼ਮੀਨ ਸੁਧਾਰਦੀਆਂ ਤੇ ਬਾਕੀ ਕੁਝ ਮੂੰਗਫਲੀ ਬਾਰੇ ਮੈਂ ਥੋੜਾ ਜਿਹਾ ਕਹਿਣਾ ਚਾਹੁੰਦਾ ਸਾਡੇ ਕੁਝ ਕਿਸਾਨ ਵੀਰ ਮਤਲਬ ਕਿਉਂਕਿ ਵਿਪੰਤਾ ਦਾ ਟਾਈਮ ਆ ਗਿਆ ਤੇ ਥੋੜਾ ਬਹੁਤਾ ਕਰ ਲੈਂਦੇ ਆ ਉਹਦੇ ਲਈ ਜਿਹੜੀ ਇਸ ਮੌਸਮ ਵਾਸਤੇ ਮੂੰਗਫਲੀ ਹੈ ਉਹ ਇੱਕ ਤਾਂ ਹੈਗੀ ਆ ਜੇ 87 ਜੀ ਠੀਕ ਹੈ ਜੀ ਇਹ ਮੋਟੀ ਹੁੰਦੀ 48 ਕਿਲੋ ਵੀ ਪੈਂਦਾ ਜੀ ਇੱਕ ਟੀਜੀ 37 اے ਆ ਜੀ ਉਹਦਾ 32 ਕਿਲੋ ਵੀ ਪੈਂਦਾ ਤੇ ਐਸਜੀ 99 ਜਿਹੜਾ ਉਹਦਾ 40 ਕਿਲੋ ਵੀ ਪੈਂਦਾ ਜੀ ਤੇ ਤਕਰੀਬਨ 12 ਕਿਲੋ ਯੂਰੀਆ 22 ਕਿਲੋ ਡੀਏਪੀ ਪਾ ਕੇ ਤੇ 25 ਕਿਲੋ ਜ਼ਿੰਕ ਕਿਉਂਕਿ ਨੂੰ ਜ਼ਿੰਕ ਦੀ ਲੋੜ ਰਹਿੰਦੀ ਆ ਤੇ 25 ਕਿਲੋ ਜ਼ਿੰਕ ਪਰ ਏਕੜ ਪਾ ਕੇ ਆਪਾਂ ਮੂੰਗਫਲੀ ਦੀ ਬਿਜਾਈ ਵੀ ਕਰ ਸਕਦੇ ਆ ਜੀ ਬਿਲਕੁਲ ਸੰਦੂ ਸਾਹਿਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਡੇ ਕਿਸਾਨ ਭਰਾਵਾਂ ਦੇ ਲਈ ਬੜੀ ਬੜੀ ਮੁੱਲੀ ਜਾਣਕਾਰੀ ਦਿੱਤੀ ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਭਰਾਵਾਂ ਵੱਲੋਂ ਤੁਹਾਡੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਮੰਨ ਕੇ ਅਮਲੀ ਰੂਪ ਦੇ ਕੇ ਆਪਣੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਵਧੀਆ ਉਤਪਾਦਨ ਲੈਣ ਦੇ ਵਿੱਚ ਸਾਡੇ ਕਿਸਾਨ ਕਾਮਯਾਬ ਹੋਣਗੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਭੈਣੋ ਤੇ ਭਰਾਓ ਇਹਨਾਂ ਹੀ ਗੱਲਾਂ ਬਾਤਾਂ ਦੇ ਨਾਲ ਜਿਹੜੀ ਅੱਜ ਦੀ ਇਹ ਗੱਲਬਾਤ ਹੈ ਇੱਥੇ ਸਮਾਪਤ ਹੁੰਦੀ ਹੈ